ਜੇਕਰ ਗੱਲ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਵੱਲੋਂ ਐਸਜੀਪੀਸੀ ਤੇ ਗੋਲ ਕਾਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਤਹਿਤ ਐਸਜੀਪੀਸੀ ਦੇ ਆਗੂਆਂ ਤੇ ਮੈਂਬਰਾਂ ਦੇ ਵੱਲੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਸਿੱਖ ਧਰਮ ਦੇ ਮੁੱਦਿਆਂ ਜਾਂ ਬਾਕੀ ਧਰਮ ਦੇ ਮੁੱਦਿਆਂ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਖਾਸ ਤੌਰ ਤੇ ਜਿਹੜੇ ਇੰਨੀਆਂ ਵੱਡੀਆਂ ਪੋਸਟਾਂ ਤੇ ਬੈਠੇ ਹੋਣ ਲੋਕ ਉਹਨਾਂ ਨੂੰ ਸੋਧਾਣੀ ਹੈਗਾ ਇਹਦੇ ਨਾਲ ਲੋਕਾਂ ਨੂੰ ਵੀ ਮਨ ਦੇ ਵਿੱਚ ਫੇਸ ਪਈ ਦੀ ਹੈ ਕਿ ਕੀ ਸੱਚਮੁੱਚ ਸਾਡਾ ਪੈਸਾ ਜਿਹੜਾ ਉਹ ਇੰਨਾ ਵੇਸਟ ਕੀਤਾ ਹੈ ਇਸ ਦੇ ਨਾਲ ਇਹ ਕਰ ਗਲ ਕੀਤੀ ਹੋਵੇ ਕੱਚੇ ਮੁਲਾਜ਼ਮਾਂ ਦੀ ਤਾਂ ਉਹਨਾਂ ਨੂੰ ਲੈ ਕੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਊਗਾ ਤਾਂ ਇਸੇ ਤਰ੍ਹਾਂ ਇਹ ਉਹਨਾਂ ਨੇ ਲੁਧਿਆਣਾ ਦੇ ਵਿੱਚ ਜਿਹੜਾ 3910 ਅਧਿਆਪਕਾਂ ਦਾ ਜਿਹੜਾ ਨਿਯੁਕਤੀ ਪੱਤਰ ਬੰਨੇ ਸੀ ਸਾਡੇ ਇੱਕ ਗੱਲ ਚੱਲਦੀ ਹੁੰਦੀ ਆ ਘਰਾਂ ਦੇ ਵਿੱਚ ਅਕਸਰ ਵੀ ਇੱਕ ਵਾਰੀ ਸਰਕਾਰ ਦੇ ਵਿੱਚ ਮਾੜਾ ਆ ਜਾ ਜਿਹੜੀ ਆ ਨਾ ਉਹ ਕਿਤੇ ਕੁੰਡੀ ਪਾ ਜਾ ਲੋ ਬਾਦ ਦੇ ਵਿੱਚ ਪੱਕੇ ਤੇ ਅਸੀਂ ਆਪੇ ਕਰਾ ਲਾਂਗੇ ਕਿਉਂਕਿ ਸਾਡੇ ਲੀਡਰ ਇਹ ਗੱਲ ਕਹਿੰਦੇ ਨੇ ਜੀ ਸਾਡੇ ਲੀਡਰ ਕਹਿੰਦੇ ਕੋਈ ਨਹੀਂ ਮੁੰਡੇ ਨੂੰ ਫਸਾ ਦੇਵਾਂਗੇ ਕਿਤੇ ਫਿਰ ਅਗਲੀ ਸਰਕਾਰ ਜਦੋਂ ਸਾਡੀ ਆਊਗੀ ਪੱਕਾ ਕਰਾ ਦੇ ਇਸ ਦੇ ਨਾਲ ਇੱਕ ਗਲਤੀ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਸਿਵਲ ਹਸਪਤਾਲ ਦੀ ਜਿਹੜੀ ਭੰਨ ਤੋੜ ਕੀਤੀ ਗਈ ਹੈ ਅੰਦਰ ਜਾ ਕੇ ਕਾਫੀ ਜ਼ਿਆਦਾ ਹੰਗਾਮਾ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੀ ਮਿੱਤਰ ਦੇ ਸੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਆ ਤੇ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਸਤੀ ਹੁਣਤੀਆ ਲੈ ਲਓ ਕਿ ਇਹੋ ਜਿਹੇ ਘਟਨਾਵਾਂ ਕਰੋਨਾ ਵੇਲੇ ਬਹੁਤ ਹੋਈਆਂ ਸੀ ਕਿ ਲਾਸ਼ਾਂ ਦੀ ਅਦਲਾ ਬਦਲੀ ਹੁੰਦੀ ਰਹੀ ਹੈ ਕਈ ਵਾਰੇ ਡਰ ਦੇ ਮਾਰੇ ਲੋਕ ਜਿਹੜੇ ਆ ਉਹ ਕਰ ਦਿੰਦੇ ਆ ਕਿ ਤੁਸੀਂ ਮਤਲਬ ਸ਼ਾਇਦ ਕਰੋਨਾ ਨਾ ਹੋਵੇ ਇਸ ਕਰਕੇ ਲਾਸ਼ ਨੂੰ ਬੰਨ ਕੇ ਉਦੋਂ ਦੇ ਦਿੱਤਾ ਗਿਆ ਉਦੋਂ ਸੰਸਕਾਰ ਹੁੰਦੇ ਰਹੇ ਜੀ ਇਸ ਸਿਲਸਲੇ ਦੇ ਵਿੱਚ ਕਿਵੇਂ ਲਾਸ਼ ਬਦਲੀ ਗਈ ਇਹ ਤਾਂ ਪਤਾ ਨਹੀਂ ਹੈਗਾ ਸਾਡੀ ਚੀਜ਼ਾਂ ਨੇ ਸਾਨੂੰ ਇਹਨਾਂ ਦੇ ਉੱਤੇ ਬਿਲਕੁਲ ਵੀ ਇਸ ਤਰ੍ਹਾਂ ਦੁਸਰਾ ਨਹੀਂ ਕੱਢਣਾ ਚਾਹੀਦਾ ਵਿਰੋਧ ਕਰਨ ਦੇ ਹੋਰ ਬੜੇ ਢੰਗ ਨੇ ਉਹਨਾਂ ਨੂੰ ਅਪਣਾਉਣਾ ਚਾਹੀਦਾ ਉਹ ਗ੍ਰਾਹਾਂ ਜਥੇਬੰਦੀ ਦਿੱਤਾ ਉਹਨਾਂ ਵੱਲੋਂ ਕਾਲੇ ਝਾੜ ਟੋਲ ਪਲਾਜ ਦੇ ਉੱਤੇ ਜਿਹੜਾ ਤਿੰਨ ਘੰਟੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਤਿੰਨ ਘੰਟੇ ਜਿਹੜਾ ਟੋਲ ਪਲਾਜ ਆਹੋ ਬੰਦ ਰਿਹਾ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਤੁਹਾਨੂੰ 15 ਕਿਲੋਮੀਟਰ ਤੇ 10 ਕਿਲੋਮੀਟਰ ਤੇ ਟੋਲ ਪਲਾਜਾ ਮਿਲਦਾ ਤੁਸੀਂ ਉੱਥੇ ਪੈਸੇ ਭਰ ਕੇ ਤਾਂ ਅੱਗੇ ਜਾਦੇ ਹੋ ਲੋਕ ਇਹ ਗੱਲ ਕਹਿੰਦੇ ਆ ਜਥੇਬੰਦੀਆਂ ਨੇ ਵੀ ਇਹ ਗੱਲ ਉਠਾਈ ਹੈ ਕਿ ਜਦੋਂ ਅਸੀਂ ਟੈਕਸ ਭਰਦੇ ਆ ਜਦੋਂ ਗੱਡੀ ਲੈਂਦੇ ਆ ਤਾਂ ਰੋਡ ਟੈਕਸ ਉਦੋਂ ਭਰਿਆ ਜਾਂਦਾ ਤਾਂ ਫਿਰ ਸਰਕਾਰ ਨੇ ਇਹ ਟੋਲ ਪਲਾਜ਼ੇ ਕਿਉਂ ਲਾਏ ਹੋਏ ਇਹ ਗੱਲ ਕਿਸੇ ਦੇ ਸਮਝ ਨਹੀਂ ਆ ਰਹੀ ਸਰਕਾਰ ਵੀ ਇਸ ਮੁੱਦੇ ਦੇ ਉੱਤੇ ਬਿਲਕੁਲ ਸਪਸ਼ਟ ਨਹੀਂ ਹੈਗੀ ਸਰਕਾਰਾਂ ਜਦੋਂ ਟੋਲ ਰੋਡ ਟੈਕਸ ਲੈਂਦੀਆਂ ਨੇ ਬਾਕੀ ਕੈਸ ਲੈਂਦੀਆਂ ਨੇ ਤਾਂ ਉਹਨਾਂ ਦਾ ਇਹ ਫਰਜ਼ ਬਣ ਜਾਂਦਾ ਡਿਊਟੀ ਬਣਦੀ ਹੈ ਜੋ ਲੋਕਾਂ ਨੂੰ ਵਧੀਆ ਸੜਕਾਂ ਵੀ ਦੇਣ। ਮਿਰਜ਼ਨ ਵਾਲੇ ਕਲਕੀਤੀ ਪਟਿਆਲੇ ਦੀ ਧੀ ਜੋ ਕਿ ਮਹਸਪਿੰਡ ਦੀ ਰਹਿਣ ਵਾਲੀ ਹਰਜਿੰਦਰ ਕੌਰ ਉਹਨਾਂ ਨੇ ਮੋੜ ਜਿਹੜਾ ਪੰਜਾਬ ਦਾ ਨਾਮ ਉਹ ਰੌਸ਼ਨ ਕੀਤਾ। ਕਿ ਇਸ ਧੀ ਨੇ ਇੱਕ ਵਾਰੀ ਫੇਰ ਦੁਬਾਰੇ ਨਾਮ ਜਿਹੜਾ ਉਹ ਪੰਜਾਬ ਦਾ ਰੌਸ਼ਨ ਕੀਤਾ ਕਿ ਇਸ ਤੋਂ ਪਹਿਲਾਂ ਇੱਕ ਕਾਮਨਵੈਲਥ ਕੈਡਾਂ ਦੇ ਵਿੱਚ ਵੀ ਕਾਂਸੀ ਦਾ ਤਗਮਾ ਜਿਹੜਾ ਇਹਨਾਂ ਨੇ ਜਿੱਤਿਆ ਸੀ। ਸਾਡੀਆਂ ਧੀਆਂ ਬਹੁਤ ਅੱਗੇ ਜਾ ਸਕਦੀਆਂ ਨੇ ਪਰ ਜੇਕਰ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਜਿਵੇਂ ਹਰਜਿੰਦਰ ਹੋਣਾ ਨੂੰ ਮੌਕਾ ਮਿਲਿਆ ਇਹਨਾਂ ਦੀ ਵੀ ਇੰਟਰਵਿਊ ਆਈ ਸੀ ਕਿ ਇਹਨਾਂ ਨੇ ਕਿਵੇਂ ਮਿਹਨਤ ਕਰਕੇ ਅੱਗੇ ਜਾ ਕੇ ਆਪਣਾ ਨਾਮ ਕਮਾਇਆ ਜੀ ਡਿਫਾਈਵ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੁਖਵਿੰਦਰ ਸਿੰਘ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਅਸੀਂ ਵੱਖ-ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਬੜੈ ਜੀ ਆਓ ਉਹਨਾਂ ਦਾ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੰਖੂ ਸਾਹਿਬ ਤੇ ਸਾਡੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇਕਰ ਗੱਲ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਵੱਲੋਂ ਐਸਜੀਪੀਸੀ ਤੇ ਗੋਲ ਕਾਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਤਹਿਤ ਐਸਜੀਪੀਸੀ ਦੇ ਆਗੂਆਂ ਤੇ ਮੈਂਬਰਾਂ ਦੇ ਵੱਲੋਂ ਲਗਾਤਾਰ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਡੀਸੀ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੂੰ ਇਸ ਦੇ ਤਹਿਤ ਮਾਫੀ ਮੰਗਣੀ ਚਾਹੀਦੀ ਤੇ ਉਸ ਤੋਂ ਤਲਬ ਕਰਨਾ ਚਾਹੀਦਾ ਜੀ ਜੀ ਅੰਗੂ ਸਾਹਿਬ ਇਸ ਬਾਰੇ ਚਰਚਾ ਚੱਲੀ ਹੋਈ ਹੈ ਔਰ ਉਹਨਾਂ ਦਾ ਇਹ ਬਿਆਨ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਵਾਇਰਲ ਹੋ ਰਿਹਾ ਹੈ ਵੀਡੀਓ ਕਲਿੱਪ ਜਿਹੜਾ ਉਹ ਆਇਆ ਤਾਂ ਅਸਲ ਗੱਲ ਇਹ ਹੈ ਕਿ ਜਿਹੜੇ ਵੀ ਲੋਕ ਦਰਬਾਰ ਸਾਹਿਬ ਚ ਜਾਂ ਬਾਕੀ ਗੁਰਦੁਆਰਾ ਸਹਿਬਾਨ ਦੇ ਵਿੱਚ ਜਾਂਦੇ ਆ ਉਹਨਾਂ ਦੀ ਸ਼ਰਧਾ ਹੁੰਦੀ ਹੈ ਮੱਥਾ ਟੇਕਣ ਦੀ ਜੀ ਔਰ ਜਿਹੜੀ ਉਹ ਮੱਥਾ ਟੇਕਣ ਵਾਲੀ ਮਾਇਆ ਹੈ ਉਹ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਮਾਜਿਕ ਵਿਕਾਸ ਦੇ ਲਈ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਪਸੀਂ ਵੇਖਿਆ ਬਹੁਤ ਤਰ੍ਹਾਂ ਦੇ ਕੈਂਪ ਲੱਗਦੇ ਆ ਰਾਸ਼ਨ ਵੰਡੇ ਜਾਂਦੇ ਆ ਸਕੂਲ ਬਣਾਏ ਜਾਂਦੇ ਐਸਜੀਪੀ ਵੱਲੋਂ ਕਾਲਜ ਬਣਾਏ ਗਏ ਆ ਸੋ ਉਹ ਪੈਸਾ ਉੱਥੇ ਵਰਤਣ ਵਾਸਤੇ ਹੁੰਦਾ ਪਕਵਾਨਤਮਨ ਹੋਣਾ ਨੇ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਕੀਤੀ ਹੈ ਕਿ ਜਿਹੜਾ ਐਸਜੀਪੀਸੀ ਦਾ ਜਿਹੜਾ ਪ੍ਰਬੰਧ ਹੈ ਉਹ ਗੁਰਦੁਆਰਿਆਂ ਨੂੰ ਚੜਦੇ ਚੜਾਵੇ ਨੂੰ ਚੰਗੀ ਤਰ੍ਹਾਂ ਵਰਤਣ ਦੇ ਵਿੱਚ ਨਾਕਾਮਯਾਬ ਹੈ ਇਸ ਕਰਕੇ ਉਹਨਾਂ ਨੇ ਐਸਜੀਪੀਸੀ ਦੇ ਮੈਂਬਰਾਂ ਤੇ ਦੋਸ਼ ਲਾਇਆ ਕਿ ਐਸਜੀਪੀਸੀ ਦੇ ਮੈਂਬਰ ਜਿਹੜੇ ਆ ਜੇਕਰ ਗੋਲਕ ਹਟਾ ਲਈ ਜਾਵੇ ਗੁਰਦੁਆਰਾ ਸਾਹਿਬਾਂ ਚੋਂ ਤੇ ਐਸਜੀਪੀਸੀ ਦੇ ਮੈਂਬਰ ਜਿਹੜੇ ਆ ਛੱਡ ਜਾਣਗੇ ਆਪਣੇ ਆਪ ਇਹ ਗੱਲ ਸਾਰਿਆਂ ਵਾਸਤੇ ਲਾਗੂ ਨਹੀਂ ਹੋ ਸਕਦੀ ਕਿਉਂਕਿ ਐਸਜੀਪੀਸੀ ਵੱਲੋਂ ਵੀ ਇਹ ਗੁਰਚਰਨ ਸਿੰਘ ਉਹਨਾਂ ਦੇ ਜਿਹੜੇ ਜਨਰਲ ਸੈਕਟਰੀ ਹੈ ਉਹਨਾਂ ਦਾ ਬਿਆਨ ਆਇਆ ਗਰੇਵਾਲ ਦਾ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਧਾਮੀ ਸਾਹਿਬ ਨੇ ਵੀ ਕੀਤਾ ਵੈਸੇ ਵੀ ਸਿੱਖ ਧਰਮ ਦੇ ਮੁੱਦਿਆਂ ਜਾਂ ਬਾਕੀ ਧਰਮ ਦੇ ਮੁੱਦਿਆਂ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਖਾਸ ਤੌਰ ਤੇ ਜਿਹੜੇ ਇੰਨੀਆਂ ਵੱਡੀਆਂ ਪੋਸਟਾਂ ਤੇ ਬੈਠੇ ਹੋਣ ਲੋਕ ਉਹਨਾਂ ਨੂੰ ਸੋਚਦਾ ਨਹੀਂ ਹੈਗਾ ਇਹਦੇ ਨਾਲ ਲੋਕਾਂ ਨੂੰ ਵੀ ਮਨ ਦੇ ਵਿੱਚ ਠੇਸ ਪੁੱਜਦੀ ਹੈ ਕਿ ਕਿ ਸੱਚਮੁੱਚ ਸਾਡਾ ਪੈਸਾ ਜਿਹੜਾ ਉਹ ਇੰਨਾ ਵੇਸਟ ਕੀਤਾ ਜਾਂਦਾ ਔਰ ਉਹਨਾਂ ਨੇ ਇੱਕ ਬਿਆਨ ਦੇ ਨਾਲ ਪੰਗੋ ਸਰ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਬੰਦ ਦਿੱਤਾ ਕਹਿੰਦੇ ਆ ਕਿ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਸੋ ਇਸ ਕਰਕੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੁਣ ਜਿਵੇਂ ਵੇਖੋ ਗੁਰਦਾਸਪੁਰ ਦੇ ਏਡੀਸੀ ਨੂੰ ਜਿਹੜੇ ਉੱਥੋਂ ਦੇ ਮੈਂਬਰ ਨੇ ਮੈਂਬਰ ਗੁਰਿੰਦਰ ਸਿੰਘ ਗੋਰਾ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਕਿ ਭਗਵੰਤਮਾਨ ਉਹਨਾਂ ਨੇ અપਮਾਨਜਨਕ ਸ਼ਬਦ ਬੋਲੇ ਆ ਚੌਨੂਕੀਟ ਦੇ ਮੈਂਬਰਾਂ ਨੇ ਕਾਲ ਤੱਕ ਸਾਬ ਤੋਂ ਵੀ ਇਹ ਗੱਲ ਕੀਤੀ ਮੰਗ ਕੀਤੀ ਹੈ ਕਿ ਅਕਾਲ ਤਖਤ ਭਗਵੰਤ ਮਾਨ ਉਹਨਾਂ ਨੂੰ ਬੁਲਾਵੇ ਉੱਥੇ ਤਲਬ ਕਰਕੇ ਤੇ ਉਹਦਾ ਜਵਾਬ ਜਿਹੜਾ ਉਹਨਾਂ ਤੋਂ ਲੈਣਾ ਚਾਹੀਦਾ ਸੋ ਇਹੋ ਜਿਹੇ ਮੁੱਦਿਆਂ ਤੇ ਬੋਲਣ ਤੋਂ ਪਹਿਲਾਂ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀ ਭਗਵੰਤ ਮਾਨ ਹੋਣਾ ਦੇ ਬਿਆਨ ਦੀ ਜਿਹੜੀ ਹੈ ਤਾਇਦ ਜਿਹੜੀ ਆ ਉਹ ਅਮਨ ਅਰੂੜਾ ਹੋਣਾ ਨੇ ਜੋ ਕੋਈ ਅੰਮ੍ਰਿਤਸਰ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਕਿ ਆਹ ਭਗਵੰਤ ਮਾਨ ਹੋਣੀ ਠੀਕ ਕਹਿੰਦੇ ਆ ਸੋ ਇਹੋ ਜਿਹੇ ਮੁੱਦਿਆਂ ਨੂੰ ਨਹੀਂ ਛੇੜਨਾ ਚਾਹੀਦਾ ਪੰਜਾਬ 'ਚ ਪਹਿਲਾਂ ਜਿਹੜੇ ਆ ਕਈ ਮੁੱਦੇ ਨੇ ਜੀ ਇਸ ਦੇ ਨਾਲ ਇਹ ਕਰ ਗੱਲ ਕੀਤੀ ਜਾਵੇ ਕੱਚੇ ਮੁਲਾਜ਼ਮਾਂ ਦੀ ਤਾਂ ਉਹਨਾਂ ਨੂੰ ਲੈ ਕੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕੀਤਾ ਜਾਊਗਾ ਤਾਂ ਇਸ ਦੇ ਤਹਿਤ ਉਹਨਾਂ ਨੇ ਲੁਧਿਆਣਾ ਦੇ ਵਿੱਚ ਜਿਹੜਾ 3910 ਅਧਿਆਪਕਾਂ ਦਾ ਜਿਹੜਾ ਨਿਯੁਕਤੀ ਪੱਤਰ ਬੰਦੇ ਨੇ ਬਿਲਕੁਲ ਇਹ ਮੰਗ ਬੜੀ ਧੀਰ ਦੀ ਚਲਦੀ ਆ ਰਹੀ ਹੈ ਸਾਰੀਆਂ ਹੀ ਸਰਕਾਰਾਂ ਕੋਲੋਂ ਮੰਗੀ ਗਈ ਹੈ ਇਹ ਮੰਗ ਕੇ ਪੂਰਤੀ ਕੀਤੀ ਜਾਵੇ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਰੈਗੂਲਰ EMPLOYE ਭਰਤੀ ਕਰਨ ਦੀ بجائے ਨਵੀਆਂ ਭਰਤੀਆਂ ਕਰਨ ਦੀ بجائے ਜਿਹੜੇ ਲੋਕੇ ਰਿਟਾਇਰ ਹੋ ਗਏ ਉਹ ਥਾਵਾਂ ਨਹੀਂ ਭਰੀਆਂ ਤੇ ਠੇਕੇ ਤੇ ਮੁਲਾਜ਼ਮ ਰੱਖ ਲਏ ਆਊਟਸੋਰਸ ਕਰ ਲਏ। ਔਰ ਬੜੀ ਹੈਰਾਨੀ ਦੀ ਗੱਲ ਆ ਕਿ ਜਦੋਂ ਅ ਅਸੀਂ ਸਾਡੇ ਨੌਜਵਾਨ ਬੇਰੁਜ਼ਗਾਰ ਨੇ ਉਹ ਰੋਜ਼ਗਾਰ ਲੱਭਦੇ ਫਿਰਦੇ ਆ। ਬਹੁਤਿਆਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਕਿ ਆਊਟਸੋਰਸ ਤੇ ਠੇਕੇ ਦੇ ਮੁਲਾਜ਼ਮਾਂ ਦੇ ਵਿੱਚ ਜਿਹੜਾ ਤੇ ਬਾਕੀ ਪੱਕੇ ਮੁਲਾਜ਼ਮਾਂ ਦੇ ਵਿੱਚ ਕੀ ਫਰਕ ਹੈਗਾ। ਸਾਡੇ ਇੱਕ ਗੱਲ ਚੱਲਦੀ ਹੁੰਦੀ ਆ ਘਰਾਂ ਦੇ ਵਿੱਚ ਅਕਸਰ ਵੀ ਇੱਕ ਵਾਰੀ ਸਰਕਾਰ ਦੇ ਵਿੱਚ ਮਾੜਾ ਆ ਜਾ ਜਿਹੜੀ ਆ ਨਾ ਉਹ ਕਿਤੇ ਕੁੰਡੀ ਫਸਾ ਲੋ ਬਾਅਦ ਦੇ ਵਿੱਚ ਪੱਕੇ ਤੇ ਅਸੀਂ ਆਪੇ ਕਰਾ ਲਾਂਗੇ ਕਿਉਂਕਿ ਸਾਡੇ ਲੀਡਰ ਇਹ ਗੱਲ ਕਹਿੰਦੇ ਨੇ ਜੀ ਸਾਡੇ ਲੀਡਰ ਕਹਿੰਦੇ ਕੋਈ ਨਹੀਂ ਮੁੰਡੇ ਨੂੰ ਫਸਾ ਦਿਆਂਗੇ ਕਿਤੇ ਫਿਰ ਅਗਲੀ ਸਰਕਾਰ ਜਦੋਂ ਸਾਡੀ ਆਊਗੀ ਪੱਕਾ ਕਰਾ ਦਿਆਂਗੇ ਪਰ ਕਾਨੂੰਨ ਇਹੋ ਜੇ ਬਣ ਗਏ ਹੋਏ ਆ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਹੋਣਾ ਚਾਹੀਦਾ ਇਸ ਦਾ ਵਿਰੋਧ ਪਹਿਲਾਂ ਹੀ ਹੋਣਾ ਚਾਹੀਦਾ ਸੀ ਕਿ ਸਰਕਾਰਾਂ ਨੂੰ ਠੇਕੇ ਦੇ ਮੁਲਾਜ਼ਮ ਨਹੀਂ ਰੱਖਣੇ ਚਾਹੀਦੇ ਆਊਟਸੋਰਸਿੰਗ ਨਹੀਂ ਕਰਨੀ ਚਾਹੀਦੀ ਉਹਦੇ ਨਾਲ ਸਰਕਾਰ ਦੀ ਜ਼ਿੰਮੇਵਾਰੀ ਬਿਲਕੁਲ ਖਤਮ ਹੋ ਜਾਂਦੀ ਹੈ ਪਰ ਜਿਹੜੇ ਲੋਕ ਰੁਜ਼ਗਾਰ ਤੇ ਲੱਗਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਸਰਕਾਰ ਦੇ ਮੁਲਾਜ਼ਮ ਲੱਗ ਹੋਇਆ ਇਹਦੇ ਵਿੱਚ ਮਿਊਸਪੈਲਟੀਆਂ ਨੇ ਵੀ ਰੱਖੇ ਹੋਏ ਆ ਨਗਰਪਾਲਿਕਾ ਨੇ ਵੀ ਰੱਖੇ ਹੋਏ ਸੀਗੇ ਨਗਰ ਨਿਗਮਾਂ ਨੇ ਰੱਖੇ ਹੋਏ ਆ ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਵੀ ਰੱਖੇ ਗਏ ਆ ਇਹਦੇ ਨਾਲ ਜਿਹੜੇ ਆਪਣੀ ਪੀਐਸਪੀ ਵਾਲਾ ਉਹਨਾਂ ਨੇ ਵੀ ਰੱਖਿਆ ਬੱਸਾਂ ਵਾਲਿਆਂ ਨੇ ਪੰਜਾਬ ਪੀਆਰਟੀਸੀ ਨੇ ਪੰਜਾਬ ਰੋਡਵੇਜ ਨੇ ਡਰਾਈਵਰ ਰੱਖੇ ਹੋਏ ਸੀਗੇ ਸੋ ਬਹੁਤ ਸਾਰੇ ਨੇ ਸਿਹਤ ਮੁਲਾਜ਼ਮ ਵੀ ਰੱਖੇ ਹੋਏ ਤੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਪੱਕੇ ਉਹ ਕਰ ਨਹੀਂ ਸਕਦੇ ਪੰਗਸਾਬ ਕਿਉਂਕਿ ਕਾਨੂੰਨ ਹੈ ਜੀ ਕਿ ਜਿੰਨਾ ਚਿਰ ਤੁਸੀਂ ਆਪਣੇ ਮੁਲਾਜ਼ਮ ਨੂੰ ਪੱਕਾ ਰੱਖਣਾ ਹੈ ਉਹਦੇ ਲਈ ਤੁਹਾਨੂੰ ਪਹਿਲਾਂ ਐਡਵਰਟਾਈਜ਼ਮੈਂਟ ਦੇਣੀ ਪੈਗੀ ਕਿਉਂਕਿ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਇਹ ਨਹੀਂ ਕਿ ਇੱਕ ਵਾਰੀ ਤੁਸੀਂ ਕੱਚੇ ਮੁਲਾਜ਼ਮ ਰੱਖ ਲੇ ਫਿਰ ਉਹਨਾਂ ਨੂੰ ਪੱਕੇ ਕਰਤਾ ਇੱਕ ਤੁਸੀਂ ਆਊਟਸੋਰਸਿੰਗ ਤੇ ਰੱਖ ਲੇ ਫਿਰ ਉਹਨਾਂ ਨੂੰ ਪੱਕੇ ਕਰਤਾ ਇਹ ਹੋ ਹੀ ਨਹੀਂ ਸਕਦਾ ਕਾਨੂੰਨੀ ਤੌਰ ਤੇ ਇਹ ਸੰਭਵ ਵੀ ਨਹੀਂ ਹੈਗਾ ਕਿਉਂਕਿ ਦੂਸਰੇ ਲੋਕ ਕੋਰਟ 'ਚ ਜਾ ਸਕਦੇ ਔਰ ਕੋਰਟ ਦੇ ਵਿੱਚ ਸਾਰਿਆਂ ਲਈ ਜਿਹੜਾ ਕਾਨੂੰਨ ਬਰਾਬਰ ਹੁੰਦਿਆ ਪਰ ਉਹਨਾਂ ਨੇ ਨਾਲ ਦੀ ਨਾਲ ਲੁਧਿਆਣੇ ਦੇ ਵਿੱਚ ਜਿਹੜੇ ਰੈਗੂਲਰ ਅਧਿਆਪਕ ਕਰਨ ਵਾਸਤੇ 3910 ਨੂੰ ਅਧਿਆਪਕਾਂ ਨੂੰ ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਤੇ ਇਹਦਾ ਸਵਾਗਤ ਕਰਨਾ ਚਾਹੀਦਾ ਇਸ ਤਰ੍ਹਾਂ ਬਾਕੀਆਂ ਨੂੰ ਵੀ ਪੱਕੇ ਕਰਨ ਦਾ ਜਿਹੜਾ ਵਿਸ਼ਵਾਸ ਦਿੱਤਾ ਗਿਆ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਉਹ ਪੱਕਾ ਪੂਰਾ ਕਰਨਾ ਚਾਹੀਦਾ ਤੇ ਬਾਕੀ ਵਾਦੇ ਵੀ ਪੂਰੇ ਕਰਨੇ ਚਾਹੀਦੇ ਜੀ ਇਸ ਦੇ ਨਾਲ ਇੱਕ ਗਲਤੀ ਹੈ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਸਿਵਲ ਹਸਪਤਾਲ ਦੀ ਜਿਹੜੀ ਭੰਨ ਤੋੜ ਕੀਤੀ ਗਈ ਹੈ ਅੰਦਰ ਜਾ ਕੇ ਕਾਫੀ ਜ਼ਿਆਦਾ ਫੰਗਾਮਾ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਸਾਡੇ ਜਿਹੜੀ ਮ੍ਰਿਤਕ ਦੇਹ ਸੀ ਉਹ ਕਿਸੇ ਹੋਰ ਨੂੰ ਦੇ ਦਿੱਤੀ ਹੈ ਤੇ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਸਤੀ ਉਸ ਦੀ ਲੈ ਲਓ ਇਹ ਖਬਰ ਜਿਹੜੀ ਆ ਉਹ ਅੱਜ ਬੜੀ ਵਾਇਰਲ ਹੋ ਰਹੀ ਹੈ ਪਤਾ ਦਿਸ ਵੀ ਰਿਹਾ ਉੱਥੇ ਕਿਵੇਂ ਜਿਹੜੀ ਭੰਨ ਤੋੜ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਨੇ ਤਾਂ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਆ ਪੀੜਤ ਉਹਨਾਂ ਨੂੰ ਪੰਗੂ ਸਾਹਿਬ ਦੁੱਖ ਤਾਂ ਲੱਗਦਾ ਹੈ ਕਿ ਜਦੋਂ ਕਿਸੇ ਦੀ ਮੌਤ ਪਹਿਲੀ ਗੱਲ ਤੇ ਸਭ ਤੋਂ ਵੱਡਾ ਤਾਂ ਤੱਕਾ ਹੀ ਲੱਗਦਾ ਕਿ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਦੀ ਉਸ ਸਦਮੇ ਚ ਹਲੇ ਬੰਦੇ ਹੁੰਦੇ ਨੇ ਤੇ ਜਦੋਂ ਸੰਸਕਾਰ ਕਰਨ ਜਾਂਦੇ ਆ ਤਾਂ ਉੱਥੇ ਪਤਾ ਲੱਗਦਾ ਹੈ ਕਿ ਲਾਸ਼ ਹੀ ਕਿਸੇ ਦੀ ਹੋਰ ਆ ਗਈ ਔਰ ਪਤਾ ਲੱਗਿਆ ਕਿ ਉੱਥੇ ਸੰਸਕਾਰ ਹੀ ਕਰ ਦਿੱਤਾ ਗਿਆ ਜੀ ਔਰ ਬਾਅਦ ਚ ਪਤਾ ਲੱਗਿਆ ਕਿ ਉਹਨਾਂ ਦੀ ਲਾਸ਼ ਕਿਤੇ ਹੋਰ ਭੇਜ ਦਿੱਤੀ ਗਈ ਹੈ ਉਹਨਾਂ ਤੇ ਇਲਜ਼ਾਮ ਲਾਇਆ ਕਿ ਲਾਸ਼ ਵੇਚ ਦਿੱਤੀ ਗਈ ਹੈ ਇਹ ਤੇ ਜਾਂਚ ਤੋਂ ਜਿਹੜਾ ਉਹ ਪਤਾ ਲੱਗੂਗਾ ਪਰ ਅਸੀਂ ਸਾਡੇ ਪਹਿਲਾਂ ਵੀ ਗੱਲ ਕੀਤੀ ਸੀ ਸਾਨੂੰ ਥੋੜੇ ਜਿम्मेवार ਨਾਗਰਿਕ ਬਣਨਾ ਚਾਹੀਦਾ ਦੇਖੋ ਇਸ ਵਕਤ ਪਰਿਵਾਰ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆ ਇਹ ਬਿਲਕੁਲ ਠੀਕ ਹੈ ਇਹ ਦੁੱਖ ਦੀ ਘੜੀ ਹੈ ਪਰਿਵਾਰ ਨਾਲ ਖਲੋਣਾ ਚਾਹੀਦਾ ਇਹੋ ਜੀ ਘਟਨਾ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਇਹੋ ਜੀਆਂ ਘਟਨਾਵਾਂ ਕਰੋਨਾ ਵੇਲੇ ਬਹੁਤ ਹੋਈਆਂ ਸੀ ਕਿ ਲਾਸ਼ਾਂ ਦੀ ਅੰਦਲਾ ਬਦਲੀ ਹੁੰਦੀ ਰਹੀ ਹੈ ਕਈ ਵਾਰੀ ਡਰ ਦੇ ਮਾਰੇ ਲੋਕ ਜਿਹੜੇ ਆ ਉਹ ਕਰ ਦਿੰਦੇ ਆ ਕਿ ਤੁਸੀਂ ਮਤਲਬ ਸ਼ਾਇਦ ਕਰੋਨਾ ਨਾ ਹੋਵੇ ਇਸ ਕਰਕੇ ਲਾਸ਼ ਨੂੰ ਬੰਨ ਕੇ ਉਦੋਂ ਦੇ ਦਿੱਤਾ ਗਿਆ ਉਦੋਂ ਸੰਸਕਾਰ ਹੁੰਦੇ ਰਹੇ ਜੀ ਇਸ ਸਿਲਸਿਲੇ ਦੇ ਵਿੱਚ ਕਿਵੇਂ ਲਾਸ਼ ਬਦਲੀ ਗਈ ਇਹ ਤਾਂ ਪਤਾ ਨਹੀਂ ਹੈਗਾ। ਦੁੱਖ ਦੀ ਘੜੀ ਹੈ। ਪਰਿਵਾਰ ਦੇ ਨਾਲ ਖਲੋਣ ਦੀ ਲੋੜ ਸੀ। ਬਿਲਕੁਲ। ਪਰ ਜਿਹੜੀ ਘਟਨਾ ਹਸਪਤਾਲ ਦੇ ਵਿੱਚ ਹੋਈ ਹੈ ਨਾ ਭੰਨ ਤੋੜ ਵਾਲੀ ਇਹ ਬਹੁਤ ਗਲਤ ਹੋਈ ਹੈ। ਜੀ। ਕਿਉਂਕਿ ਪੰਗ ਸਰਬ ਜਿਹੜਾ ਹਸਪਤਾਲ ਹੈ ਉਹਦੇ ਵਿੱਚ ਜਿੰਨਾ ਕੁਝ ਵੀ ਸਿਵਲ ਹਸਪਤਾਲ ਵਿੱਚ ਲੱਗਿਆ ਹੋਇਆ ਜੀ ਉਹ ਸਰਕਾਰ ਤੇ ਕਿਤੋਂ ਬਾਹਰੋਂ ਤੇ ਲੈ ਕੇ ਨਹੀਂ ਆਈ। ਸਾਡੇ ਟੈਕਸ ਦਾ ਪੈਸਾ ਲੱਗਿਆ ਹੋਇਆ। ਅਸੀਂ ਇੱਕ ਪਾਸੇ ਤੇ ਸ਼ਿਕਾਇਤਾਂ ਕਰਦੇ ਆ ਕਿ ਸਾਡੇ ਹਸਪਤਾਲਾਂ ਦੇ ਵਿੱਚ ਸਹੂਲਤਾਂ ਨਹੀਂ ਹੈਗੀਆਂ ਤੇ ਇੱਕ ਪਾਸੇ ਅਸੀਂ ਨੁਕਸਾਨ ਕਰਦੇ ਪਏ ਆ ਇਹ ਬਿਲਕੁਲ ਗਲਤ ਗੱਲ ਹੈ ਖਾਸ ਤੌਰ ਤੇ ਜਦੋਂ ਵੀ ਕਿਤੇ ਕੋਈ ਸਮੱਸਿਆ ਆਵੇ ਵਿਰੋਧ ਕਰਨਾ ਹੈ ਤੁਸੀਂ ਵਿਰੋਧ ਕਰਨ ਦੇ ਹੋਰ ਬੜੇ ਢੰਗ ਹੈਗੇ ਆ ਤੁਸੀਂ ਡਾਕਟਰਾਂ ਦੇ ਵਿਰੋਧ ਵਿਰੋਧ ਕਰਨਾ ਸੀ ਨਾਰੇ ਲਾ ਸਕਦੇ ਸੀ ਤੁਸੀਂ ਧਰਨਾ ਲਾ ਸਕਦੇ ਸੀ ਪਰ ਉੱਥੇ ਜਿਹਨਾਂ ਲੋਕਾਂ ਨੇ ਭੰਨ ਤੋੜ ਕੀਤੀ ਆ ਉਹਦੇ ਵਿੱਚ ਕਈ ਲੋਕ ਕਈ ਵਾਰੀ ਸ਼ਰਾਰਤੀ ਵੀ ਹੁੰਦੇ ਆ ਜੀ ਇਹ ਮਾੜੀ ਗੱਲ ਆ ਇਹਦੇ ਨੁਕਸਾਨ ਸਾਡੀ ਸਟੇਟ ਦਾ ਹੈ ਸਾਡੇ ਕੋਲੇ ਪਹਿਲਾਂ ਪੈਸੇ ਨਹੀਂ ਹੈਗੇ ਔਰ ਤੁਹਾਨੂੰ ਦੱਸ ਦਈਏ ਕਿ ਗੁਜਰਾਤ ਨੇ ਇੱਕ ਕਾਨੂੰਨ ਪਾਸ ਕਰ ਦਿੱਤਾ ਆ ਜਿਹਦੇ ਉੱਤੇ ਕੱਲ ਸਾਡੇ ਰਾਸ਼ਟਰਪਤੀ ਨੇ ਮੋਰ ਵੀ ਲਾ ਦਿੱਤੀ ਆ ਜੀ ਇਸੇ ਤਰ੍ਹਾਂ ਦਾ ਕਾਨੂੰਨ ਇੱਕ ਯੂਪੀ ਦੇ ਵਿੱਚ ਵੀ ਪਾਸ ਹੋ ਚੁੱਕਿਆ ਹੋਇਆ ਪਹਿਲਾਂ ਹਰਿਆਣਾ ਨੇ ਵੀ ਪਾਸ ਕਰ ਦਿੱਤਾ ਜੀ ਕਿ ਪ੍ਰਦਰਸ਼ਨ ਦੇ ਦੌਰਾਨ ਅਗਰ ਕੋਈ ਵਿਅਕਤੀ ਸਰਕਾਰੀ ਸੰਪਤੀ ਦੀ ਭੰਨ ਤੋੜ ਕਰਦਾ ਹੈ ਪਾ ਉਹਦਾ ਇਵਜਾਨਾ ਉਹ ਜਿਹੜੀ ਸੰਸਥਾ ਕਰ ਰਹੀ ਹੋਊਗੀ ਉਹਨਾਂ ਤੋਂ ਲਿਆ ਜਾਊਗਾ ਜੀ ਉਹਨਾਂ ਤੇ ਕੇਸ ਵੀ ਦਰਜ ਹੋ ਸਕਦੇ ਆ ਤੇ ਉਹਨਾਂ ਤੋਂ ਹਰਜਾਨੇ ਦੀ ਭਰਪਾਈ ਲਈ ਸਰਕਾਰ ਕੁਝ ਵੀ ਕਰ ਸਕਦੀ ਆ ਸੋ ਸਾਨੂੰ ਇਹੋ ਜੇ ਨਹੀਂ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਅਸੀਂ ਸਰਕਾਰੀ ਸੰਪਤੀ ਲੋਕੀ ਬੱਸਾਂ ਸਾੜ ਦਿੰਦੇ ਆ ਵੇਖਿਆ ਤੁਸੀਂ ਜੀ ਸਕੂਲਾਂ ਨੂੰ ਕਾਲਜਾਂ ਨੂੰ ਸਰਕਾਰੀ ਦਫ਼ਤਰਾਂ ਨੂੰ ਬਿਜਲੀ ਦੇ ਖੰਭਿਆਂ ਨੂੰ ਤੋੜਨਾ ਸ਼ੁਰੂ ਕਰ ਦਿੰਦੇ ਆ ਇਹ ਸਾਡੀ ਚੀਜ਼ਾਂ ਨੇ ਸਾਨੂੰ ਇਹਨਾਂ ਦੇ ਉੱਤੇ ਬਿਲਕੁਲ ਵੀ ਇਸ ਤਰ੍ਹਾਂ ਗੁੱਸਾ ਨਹੀਂ ਕੱਢਣਾ ਚਾਹੀਦਾ ਵਿਰੋਧ ਕਰਨ ਦੇ ਹੋਰ ਬੜੇ ਢੰਗ ਨੇ ਉਹਨਾਂ ਨੂੰ ਅਪਣਾਉਣਾ ਚਾਹੀਦਾ ਜੀ ਇਸ ਦੇ ਨਾਲ ਇੱਕ ਗੱਲ ਕੀਤੀ ਹੈ ਉਗਰਾਹਾ ਜਥੇਬੰਦੀ ਦੀ ਤਾਂ ਉਹਨਾਂ ਵੱਲੋਂ ਕਾਲੇ ਝਾੜ ਟੋਲ ਪਲਾਜ ਦੇ ਉੱਤੇ ਜਿਹੜਾ 3 ਘੰਟੇ ਤਰਨਾ ਪ੍ਰਦਰਸ਼ਨ ਕੀਤਾ ਗਿਆ 3 ਘੰਟੇ ਜਿਹੜਾ ਟੋਲ ਪਲਾਜ ਆਹੋ ਬੰਦ ਰਿਹਾ ਜੀ ਬਿਲਕੁਲ ਇਹ ਬੜੇ ਦਿਨਾਂ ਦਾ ਅਨਾਉਂਸ ਕੀਤਾ ਆਇਆ ਸੀ ਜਥੇਬੰਦੀਆਂ ਨੇ ਜੀ ਕਿ 5 ਜਨਵਰੀ ਤੋਂ ਇਹ ਆਪਣਾ ਅੰਦੋਲਨ ਵਕਰੇ ਰੂਪ ਦੇ ਵਿੱਚ ਸ਼ੁਰੂ ਕਰਨਗੇ ਕਿਉਂਕਿ ਜਥੇਬੰਦੀਆਂ ਨੇ ਜਿਹੜੀ ਗੱਲ ਉਠਾਈ ਹੈ ਇਹ ਗੱਲ ਅਸੀਂ ਤੁਸੀਂ ਸਾਰੇ ਅਕਸਰ ਮਹਿਸੂਸ ਕਰਦੇ ਆ ਕਿ ਜਦੋਂ ਅਸੀਂ ਘਰੋਂ ਕਾਰ ਤੇ ਜਾਂ ਜੀਪ ਤੇ ਜਾਂ ਆਪਣੇ ਵਾਹਨ ਤੇ ਨਿਕਲਦੇ ਆ ਦੁਪਈਆ ਵਾਨ ਤੇ ਤਾਂ ਨਹੀਂ ਹੈਗਾ ਟੈਕਸ ਪਰ ਦੂਸਰੇ ਵਾਹਨਾਂ ਦੇ ਉੱਤੇ ਟੈਕਸ ਲੱਗਿਆ ਆ ਕਿ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਤੁਹਾਨੂੰ 15 ਕਿਲੋਮੀਟਰ ਤੇ 10 ਕਿਲੋਮੀਟਰ ਤੇ ਟੋਲ ਪਲਾਜ਼ਾ ਮਿਲਦਾ ਤੁਸੀਂ ਉੱਥੇ ਪੈਸੇ ਭਰ ਕੇ ਤਾਂ ਅੱਗੇ ਜਾਂਦੇ ਆ ਲੋਕ ਇਹ ਗੱਲ ਕਹਿੰਦੇ ਆ ਜਥੇਬੰਦੀਆਂ ਨੇ ਵੀ ਇਹ ਗੱਲ ਉਠਾਈ ਹੈ ਕਿ ਜਦੋਂ ਅਸੀਂ ਟੈਕਸ ਭਰਦੇ ਆ ਜਦੋਂ ਗੱਡੀ ਲੈਂਦੇ ਆ ਤਾਂ ਰੋਡ ਟੈਕਸ ਉਦੋਂ ਭਰਿਆ ਜਾਂਦਾ ਜੀ ਰਜਿਸਟ੍ਰੇਸ਼ਨ ਟੈਕਸ ਜਿਹੜਾ ਭਰਿਆ ਜਾਂਦਾ ਜੀ ਤਾਂ ਫਿਰ ਸਰਕਾਰ ਨੇ ਇਹ ਟੋਲ ਪਲਾਜ਼ੇ ਕਿਉਂ ਲਾਏ ਹੋਏ ਆ ਇਹ ਗੱਲ ਕਿਸੇ ਦੇ ਸਮਝ ਨਹੀਂ ਆ ਰਹੀ ਸਰਕਾਰ ਵੀ ਇਸ ਮੁੱਦੇ ਦੇ ਉੱਤੇ ਬਿਲਕੁਲ ਸਪਸ਼ਟ ਨਹੀਂ ਹੈਗੀ ਔਰ ਇਹਨੂੰ ਲੈ ਕੇ ਉਹਨਾਂ ਨੇ 32 ਟੋਲ ਪਲਾਜ਼ਿਆਂ ਦੇ ਉੱਤੇ ਜਿਹੜੇ ਖਾਸ ਤੌਰ ਤੇ ਉਹ ਮਾਲਵੇ ਦੇ ਇਲਾਕੇ ਦੇ ਵਿੱਚ ਆ ਕੁਝ ਅ ਦੁਆਬੇ ਦੇ ਵਿੱਚ ਵੀ ਪੈਂਦੇ ਆ ਮਾਝੇ ਦੇ ਵਿੱਚ ਵੀ ਉਹਨਾਂ ਨੇ ਉੱਥੇ ਕੀਤਾ ਉਹਨਾਂ ਨੇ ਲਿਸਟ ਵੀ ਜਾਰੀ ਕੀਤੀ ਹੈ ਉੱਥੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਹੋਰ ਮੰਗਾਂ ਦੀ ਵੀ ਗੱਲ ਕੀਤੀ ਹੈ ਪਰ ਉਹ ਕਹਿੰਦੇ ਆ ਕਿ ਅਸੀਂ ਇਹ ਮੁੱਦਾ ਸਿਰੇ ਲੈ ਕੇ ਜਾਵਾਂਗੇ ਕਿ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਸਰਕਾਰਾਂ ਜਦੋਂ ਟੋਲ ਰੋਡ ਟੈਕਸ ਲੈਂਦੀਆਂ ਨੇ ਬਾਕੀ ਟੈਕਸ ਲੈਂਦੀਆਂ ਨੇ ਤਾਂ ਉਹਨਾਂ ਦਾ ਇਹ ਫਰਜ਼ ਬਣ ਜਾਂਦਾ ਡਿਊਟੀ ਬਣਦੀ ਹੈ ਕਿ ਉਹ ਲੋਕਾਂ ਨੂੰ ਵਧੀਆ ਸੜਕਾਂ ਵੀ ਦੇਣ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਵਧੀਆ ਸੜਕਾਂ ਦੇ ਰਹੇ ਹਾਂ ਤੁਸੀਂ ਸਾਨੂੰ ਟੋਲ ਪਲਾਜ਼ਾ ਵੀ ਦਿਓ ਇਹ ਦੋਹਰਾ ਮਾਪਦੰਡ ਜਿਹੜਾ ਇਹਦੀ ਨਾ ਕਿਸੇ ਨੂੰ ਸਮਝ ਆਈ ਹੈ ਦਿਨੋ ਦਿਨ ਵਿਰੋਧ ਹੋਏਗਾ ਕਿਉਂਕਿ ਤੁਸੀਂ ਦੇਖਿਆ ਬਹੁਤ ਸਾਰੇ ਟੋਲ ਪਲਾਜ਼ਿਆਂ ਦੇ ਉੱਤੇ ਜੀ ਪੰਗੋ ਸਰ ਬਹੁਤ ਵਾਰੀ ਲੜਾਈਆਂ ਹੋ ਚੁੱਕੀਆਂ ਹੋਈਆਂ ਜੀ ਜਿਨ੍ਹਾਂ ਨੇ ਉਹ ਟੈਗ ਨਹੀਂ ਲਵਾਏ ਹੁੰਦੇ ਉਹਨਾਂ ਨੂੰ ਡਬਲ ਜੁਰਮਾਨਾ ਲੱਗਦਾ ਪਿਆ ਉੱਥੇ ਇਹ ਮਜਬੂਰੀ ਕਰਾ ਦਿੱਤੀ ਲੋਕਾਂ ਦੀ ਸੋ ਜਲਦੀ ਤੋਂ ਜਲਦੀ ਇਹਦੇ ਬਾਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਨਹੀਂ ਤੇ ਵਿਰੋਧ ਜਿਹੜਾ ਦਿਨੋ ਦਿਨ ਉੱਠੇਗਾ ਹੋ ਸਕਦਾ ਇੱਕ ਬਹੁਤ ਵੱਡਾ ਵਿਰੋਧ ਵੀ ਇਹ ਬਣ ਸਕਦਾ ਜੀ ਇਸ ਦੇ ਨਾਲ ਇੱਕ ਕਲਕਿਤੀ ਪਟਿਆਲੇ ਦੀ ਧੀ ਜੋ ਕਿ ਮਹਸਪਿੰਡ ਦੀ ਰਹਿਣ ਵਾਲੀ ਹਰਜਿੰਦਰ ਕੌਰ ਉਹਨਾਂ ਨੇ ਮੋੜ ਜਿਹੜਾ ਪੰਜਾਬ ਦਾ ਨਾਮ ਉਹ ਰੌਸ਼ਨ ਕੀਤਾ ਇਹ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਸਾਡੇ ਲਈ ਸਾਰਿਆਂ ਲਈ ਅਸੀਂ ਆਪਣੇ ਚੈਨਲ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਅਮਾਸ ਪਰਿਵਾਰ ਦੇ ਦੇ ਇਸ ਪਰਿਵਾਰ ਨੂੰ ਹਰਜਿੰਦਰ ਕੌਰ ਦੇ ਪਰਿਵਾਰ ਨੂੰ ਪੂਰੇ ਪਿੰਡ ਨੂੰ ਪੂਰੇ ਪੰਜਾਬ ਨੂੰ ਵਧਾਈ ਦਿੰਨੇ ਆ ਕਿ ਇਸ ਧੀ ਨੇ ਇੱਕ ਵਾਰੀ ਫੇਰ ਦੁਬਾਰੇ ਨਾਮ ਜਿਹੜਾ ਉਹ ਪੰਜਾਬ ਦਾ ਰੋਸ਼ਨ ਕੀਤਾ ਕਿ ਉਸ ਤੋਂ ਪਹਿਲਾਂ ਇੱਕ ਕਾਮਨਵੈਲਥ ਕਡੇ ਦਾ ਵਿੱਚ ਵੀ ਕਾਂਸੀ ਦਾ ਤਗਮਾ ਜਿਹੜਾ ਇਹਨਾਂ ਨੇ ਜਿੱਤਿਆ ਸੀ ਸਾਡੀਆਂ ਧੀਆਂ ਬਹੁਤ ਅੱਗੇ ਜਾ ਸਕਦੀਆਂ ਨੇ ਪਰ ਜੇਕਰ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਜਿਵੇਂ ਹਰਜਿੰਦਰ ਹੋਣਾ ਨੂੰ ਮੌਕਾ ਮਿਲਿਆ ਇਹਨਾਂ ਦੀ ਵੀ ਇੰਟਰਵਿਊ ਆਈ ਸੀ ਇਹਨਾਂ ਨੇ ਕਿਵੇਂ ਮਿਹਨਤ ਕਰਕੇ ਅੱਗੇ ਜਾ ਕੇ ਆਪਣਾ ਨਾਮ ਕਮਾਇਆ ਔਰ ਹੁਣ ਸਰਕਾਰ ਦਾ ਜਿਹੜਾ ਉਹ ਫਰਜ਼ ਬਣਦਾ ਹੈ ਕਿ ਇਹਨੂੰ ਬਣਦਾ ਜਿਹੜਾ ਸਨਮਾਨ ਵੀ ਦਿੱਤਾ ਜਾਵੇ ਇਹਨੂੰ ਬਣਦੀ ਪਦਵੀ ਦਿੱਤੀ ਜਾਵੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਜੀ ਠੀਕ ਹੈ ਜੀ ਕਿਉਂਕਿ ਤਾਂ ਹੀ ਸਾਡੇ ਜਿਹੜੇ ਖਿਡਾਰੀ ਨੇ ਉਹ ਪ੍ਰੋਮੋਟ ਹੋਣਗੇ ਦੂਸਰੇ ਉਹਨਾਂ ਨੂੰ ਵੇਖ ਕੇ ਅੱਗੇ ਆਉਣਗੇ ਕਿਉਂਕਿ ਨਸ਼ਿਆਂ ਨੇ ਸਾਡੇ ਪੰਜਾਬ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਦਬਾ ਲਿਆ ਹੋਇਆ ਸਾਡੇ ਨੌਜਵਾਨ ਨਸ਼ਿਆਂ 'ਚ ਜਾ ਰਹੇ ਨੇ ਸੋ ਇਹ ਇੱਕ ਟੰਗ ਹੈ ਖੇਡਾਂ ਵਾਲੇ ਪਾਸੇ ਨੌਜਵਾਨਾਂ ਨੂੰ ਲਾ ਕੇ ਉਹਨਾਂ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਭੇਜਣਾ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਮੈਂ ਆਪਣੇ ਦਰਸ਼ਕਾਂ ਲਈ ਕਹਿਣਾ ਚਾਹਾਂਗੇ ਅਸੀਂ ਕਿ ਸਾਡੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਆ ਪੜ੍ਹਨ ਦੇ ਅਸੀਂ ਦੇਖਿਆ ਕਿ ਬਹੁਤੇ ਘਰਾਂ ਵਿੱਚ ਹਾਲੇ ਵੀ ਕੀ ਹੁੰਦਾ ਹੈ ਕਿ ਪਲੱਸ 2 ਪਹਿਲੇ ਤਾਂ 10ਵੀਂ ਨਹੀਂ ਕਰਨ ਦਿੰਦੇ 10ਵੀਂ ਕੀਤੀ ਤੇ ਕਹਿੰਦੇ ਆ ਵੀ ਕੁੜੀ ਦੇ ਅਸੀਂ ਤਾਂ ਹੱਥ ਪੀਲੇ ਕਰ ਦੇਣਿਆ ਜੀ ਜਾਂ ਫਿਰ ਪਲੱਸ 2 ਤੋਂ ਬਾਅਦ ਉਹਨਾਂ ਨੂੰ ਕਹਿੰਦੇ ਵੀ ਹੁਣ ਅਸੀਂ ਵਿਆਹ ਦੇਣੀਆਂ ਨੇ ਕਾਲਜ ਵਿੱਚ ਬਹੁਤ ਘੱਟ ਲੜਕੀਆਂ ਜਾਂਦੀਆਂ ਨੇ ਜੇ ਚਲੀਆਂ ਵੀ ਜਾਂਦੀਆਂ ਨੇ ਉਹਨਾਂ ਦੇ ਵੀ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਆ ਕਿ ਇਹਨਾਂ ਦਾ ਵਿਆਹ ਕਰ ਦੇਣਾ ਜੀ ਵਿਆਹ ਕਰਨਾ ਜ਼ਰੂਰੀ ਹੈ ਸਾਨੂੰ ਪਤਾ ਇਸ ਚੀਜ਼ ਦਾ ਸਾਰਿਆਂ ਨੂੰ ਪਤਾ ਪਰ ਕੁੜੀਆਂ ਦਾ ਵੀ ਤਾਂ ਦਿਲ ਕਰਦਾ ਹੈ ਨਾ ਕਿ ਉਹ ਵੀ ਉਡਾਣਾ ਪਰਣਾ ਜੀ ਲੇਕਿਨ ਸਾਨੂੰ ਕਈ ਦਰਸ਼ਕ ਇਸ ਵਕਤ ਕਹਿੰਦੇ ਹੋਣਿਆ ਕਿ ਤੁਸੀਂ ਹਾਲਾਤ ਵੇਖ ਲਓ ਕਿਹੋ ਜਿਹਾ ਹੋ ਗਿਆ ਸਮਾਜ ਦੇ ਵਿੱਚ ਕੁੜੀਆਂ ਨੂੰ ਘਰੋਂ ਬਾਹਰ ਭੇਜਣਾ ਬੜਾ ਮੁਸ਼ਕਲ ਹੋ ਗਿਆ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਪਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਕੁੜੀਆਂ ਅਗਰ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਤਾਂ ਉਹਨਾਂ ਨੂੰ ਬਾਹਰ ਖਤਰਾ ਕਿਹਦੇ ਤੋਂ ਆ ਤੁਸੀਂ ਦੇਖ ਚੁੱਕੇ ਹੋਏ ਹੋ ਦਿੱਲੀ ਦੇ ਵਿੱਚ ਨਰਪੈ ਵਾਲੀ ਘਟਨਾ ਤੁਸੀਂ ਦੇਖ ਹੀ ਚੁੱਕੇ ਹੋਏ ਹੋ ਇੱਕ ਹੋਰ ਘਟਨਾ ਵਾਪਰੀ ਹੈ ਉਹ ਜੀਆਂ ਹੋਰ ਸਾਰੀਆਂ ਬੜੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਲੜਕੀਆਂ ਦੀ ਇੱਜ਼ਤ ਨੂੰ ਹੱਥ ਪਾਇਆ ਜਾਂਦਾ ਉਹਨਾਂ ਉਹਨਾਂ ਦੀ ਸੁਰੱਖਿਆ ਤਾਂ ਨਹੀਂ ਰਾਤ ਨੂੰ ਉਹ ਕਿਤੇ ਜਾ ਨਹੀਂ ਸਕਦੀਆਂ ਪਰ ਗੱਲ ਇਹ ਆ ਸਵਾਲ ਇਹ ਉੱਠਦਾ ਕਿ ਲੜਕੀਆਂ ਨੂੰ ਬਾਹਰ ਨਿਕਲਣ ਤੇ ਖਤਰਾ ਕਿਹਦੇ ਕੋਲੋਂ ਪਿੰਗੋ ਸਾਹਿਬ ਜੀ ਬੰਦਿਆਂ ਤੋਂ ਸੋ ਮਰਦ ਸਮਾਜ ਆ ਜਿਹੜਾ ਉਹਨਾਂ ਨੂੰ ਸ਼ਰਮ ਨਾਲ ਡੁੱਬਣਾ ਚਾਹੀਦਾ ਐ ਅਸਲੇ ਜੀ ਕਿ ਸਾਡੀਆਂ ਧੀਆ ਭੈਣਾਂ ਬਾਹਰ ਇਸ ਕਰਕੇ ਨਹੀਂ ਨਿਕਲ ਸਕਦੀਆਂ ਸਾਡੇ ਕਰਕੇ ਜਿਹੜੇ ਲੋਕ ਸਾਡੇ ਕਰਦਾ ਭਾਵ ਕਿ ਮਰਦਾਂ ਤੋਂ ਉਹਨਾਂ ਨੂੰ ਖਤਰਾ ਤੇ ਇਹਦਾ ਮਤਲਬ ਇਹ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਉਹ ਨੈਤਿਕ ਕਦਰਾਂ ਕੀਮਤਾਂ ਨਹੀਂ ਸਿਖਾ ਸਕੇ ਕਿ ਉਹ ਬਾਹਰ ਜਦੋਂ ਨਿਕਲਦੇ ਆ ਉਹ ਹਰ ਔਰਤ ਨੂੰ ਕਿਸ ਨਿਗਾਹ ਨਾਲ ਵੇਖਣਾ ਉਹਨਾਂ ਨੇ ਪੰਜਾਬੀ ਸਭਿਆਚਾਰ ਤੇ ਸਾਡੇ ਆਉਂਦਾ ਕਿ ਪਿੰਡ ਦੀ ਹਰ ਧੀ ਜਿਹੜੀ ਆ ਉਹ ਭੈਣ ਹੁੰਦੀ ਹੈ ਜੀ ਲੇਕਿਨ ਇਹ ਕਦਰਾਂ ਕੀਮਤਾਂ ਕਿਹਨੇ ਸਿਖਾਉਣੀਆਂ ਨੇ ਅਸੀਂ ਕਹਿ ਦਿੰਦੇ ਹਾਂ ਜੀ ਸਕੂਲਾਂ ਚ ਨਹੀਂ ਸਿਕਾਈਆਂ ਜਾਂਦੀਆਂ ਇਹ ਸਭ ਤੋਂ ਵੱਡਾ ਫਰਜ਼ ਮਾਂ ਪਿਓ ਦਾ ਹੈ ਬੱਚਾ ਘਰ ਚੋਂ ਬਹੁਤ ਕੁਝ ਸਿੱਖ ਕੇ ਆਉਂਦਾ ਹੈ ਬਾਹਰ ਜੇ ਘਰ ਚੋਂ ਬੱਚੇ ਨੂੰ ਤੁਸੀਂ ਬਹੁਤ ਵਧੀਆ ਉਹਨੂੰ ਅਕਲ ਦੇਵੋਗੇ ਉਹਨੂੰ ਜਾਣਕਾਰੀ ਦਿਓਗੇ ਉਹਨੂੰ ਸਿਖਾਓਗੇ ਕਿ ਤੁਸੀਂ ਦੂਸਰੀ ਔਰਤ ਦੀ ਕਿਵੇਂ ਇੱਜ਼ਤ ਕਰਨੀ ਹੈ ਤਾਂ ਔਰਤਾਂ ਦਾ ਬਾਹਰ ਨਿਕਲਣਾ ਕੋਈ ਖਤਰਨਾਕ ਨਹੀਂ ਹੋਏਗਾ ਉਹਨਾਂ ਦੀ ਕੋਈ ਅਸੁਰੱਖਿਆ ਨਹੀਂ ਹੋਏਗੀ ਔਰ ਹਰਜਿੰਦਰ ਕੌਰ ਵਰਗੀਆਂ ਹੋਰ ਬਹੁਤ ਸਾਰੀਆਂ ਧੀਆ ਪੈਦਾ ਹੋਣਗੀਆਂ ਦੂਸਰੀ ਗੱਲ ਚੱਲਦੇ-ਚੱਲਦੇ ਮੈਂ ਦੱਸਦਾ ਸਾਡੇ ਕੋਲ ਹੋਰ ਵੀ ਖਬਰਾਂ ਨੇ ਜੀ ਕਿ ਖਿਡਾਰੀ ਖੇਡਾਂ ਖੇਡਣ ਚਲੇ ਜਾਂਦੇ ਆ ਉਹ ਵੱਡੇ-ਵੱਡੇ ਮੁਕਾਬਲੇਾਂ 'ਚ ਜਾਂਦੇ ਆ ਪਰ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਜਦੋਂ ਟ੍ਰੇਨਿੰਗ ਕਰਦੇ ਆ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਕੁਝ ਸਟੀਰੋਇਡਸ ਲੈ ਕੇ ਕੁਝ ਸਪਲੀਮੈਂਟਸ ਲੈ ਕੇ ਉਹ ਆਪਣੀ ਜਿਹੜੀ ਪਰਫਾਰਮੈਂਸ ਐਨਹਾਂਸ ਕਰਦੇ ਆ ਉਹਦੇ ਵਿੱਚ ਉਹ ਫਸ ਜਾਂਦੇ ਆ ਫਿਰ ਡੋਪ ਟੈਸਟਿੰਗ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਇਸ ਕਰਕੇ ਇਹ ਵੀ ਧਿਆਨ ਰੱਖੋ ਕਿ ਬੱਚੇ ਤੁਹਾਡੇ ਜਿਹੜੇ ਆ ਉਹ ਸਪਲੀਮੈਂਟਸ ਜਿਹੜੇ ਲੈਂਦੇ ਆ ਉਹਨਾਂ 'ਚ ਦਵਾਈਆਂ ਨਾ ਹੋਣ ਤੇ ਬੱਚੇ ਤੁਹਾਡੇ ਕਿਤੇ ਨਸ਼ਿਆਂ ਤੇ ਜਿਹੜੇ ਆ ਨਾ ਲੱਗ ਜਾਣ ਜੀ ਇਸ ਨਾਲ ਇੱਕ ਗੱਲ ਕੀਤੀ ਹੋਏ ਦਿੱਲੀ ਤਾਂ ਦਿੱਲੀ ਦੇ ਵਿੱਚ ਇੱਕ ਲੜਕੀ ਦੇ ਨਾਲ ਹਾਦਸਾ ਵਾਪਰਿਆ ਸੀ ਜਿਸ ਨੂੰ ਲੈ ਕੇ ਹੁਣ 18 ਜਿਹੜੀਆਂ ਟੀਮਾਂ ਦਾ ਗਠਨ ਹੋ ਕੀਤਾ ਗਿਆ ਜਾਂਚ ਦੇ ਲਈ ਇਹ ਪਹਿਲੀ ਤਰੀਕ ਤੋਂ ਤੇ 31 ਦਸੰਬਰ ਦੀ ਵਿਚਲੀ ਰਾਤ ਹੈ ਜਿਹੜੀ ਉਸ ਦਿਨ ਘਟਨਾ ਵਾਪਰੀ ਹੈ ਜੀ ਪਹਿਲੇ ਦਿਨ ਤਾਂ ਜਿਹੜਾ ਉਹ ਇਹਦੇ ਬਾਰੇ ਬਹੁਤ ਸਾਰੀ ਜਾਣਕਾਰੀ ਜਿਹੜੀ ਜਿੰਨੀ ਕਾਈ ਸੀਗੀ ਉਹਦੇ ਤੋਂ ਕਈ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਸੀ ਕਿ ਇਹ ਰੇਪ ਕੇਸ ਹੈਗਾ ਕੀ ਆ ਕੇ ਸ ਬਹੁਤ ਗੱਲਾਂ ਆਈਆਂ ਸੀਗੀਆਂ ਫਿਰ ਪਰਿਵਾਰ ਨੇ ਵੀ ਬਾਅਦ ਦੇ ਵਿੱਚ ਇਹ ਗੱਲ ਕਹੀ ਕਿ ਸਾਡੀ ਧੀ ਦੇ ਨਾਲ ਰੇਪ ਕੀਤਾ ਗਿਆ ਪਰ ਹੁਣ ਜਿਉਂ ਜਿਉਂ ਸੀਸੀਟੀ ਫੁਟੇਜ ਜਿਹੜੀ ਆ ਉਹ ਪੁਲਿਸ ਉਂਘਾਲ ਰਹੀ ਆ ਉਹਨੂੰ ਨਵੀਆਂ ਨਵੀਆਂ ਫੁਟੇਜ ਮਿਲਦੀਆਂ ਪਈਆਂ ਨੇ ਉਹਦੇ ਚ ਕਈ ਗੱਲਾਂ ਜੜੀਆਂ ਸਾਹਮਣੇ ਆ ਰਹੀਆਂ ਨੇ ਔਰ ਜਿਹੜੀ ਲੜਕੀ ਨidhi ਉਹਦੇ ਨਾਲ ਸੀ ਪਿੱਛੇ ਬੈਠੀ ਹੋਈ ਉਹਦੇ ਉਹਦੇ ਬਾਰੇ ਵੀ ਜਿਹੜੀ ਖਬਰ ਆਈ ਆ ਕਿ ਉਹਨੂੰ ਪਤਾ ਸੀ ਪਤਾ ਲੱਗ ਗਿਆ ਸੀਗਾ ਕਿ ਕੁੜੀ ਜਿਹੜੀ ਐ ਉਹ ਉਸ ਵੈਨ ਦੇ ਜਾਂ ਕਾਰ ਦੇ ਥੱਲੇ ਫਸ ਗਈ ਹੋਈ ਆ ਉਸ ਤੋਂ ਬਾਅਦ ਵੀ ਉਹ ਘਰੇ ਚਲੀ ਗਈ ਉਹ ਹੁਣ ਕਹਿੰਦੀ ਆ ਕਿ ਮੈਂ ਡਰ ਗਈ ਹੋਈ ਸੀਗੀ ਸੋ ਬੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਔਰ ਹੁਣ ਕੁੜੀ ਦੀ ਜਿਹੜੀ ਲੜਕੀ ਦੀ ਡੈਥ ਹੋ ਗਈ ਹੈ ਉਹਦੀ ਮਾਂ ਇਹ ਦੱਸਦੀ ਆ ਕਿ ਇਸ ਕੁੜੀ ਨੂੰ ਤਾਂ ਅਸੀਂ ਕਦੇ ਵੇਖਿਆ ਹੀ ਨਹੀਂ ਹੈਗਾ ਇਹ ਕੁੜੀ ਨੂੰ ਅਸੀਂ ਜਾਣਦੇ ਨਹੀਂ ਇਹ ਉਹਦੀ ਕੁੜੀ ਦੀ ਦੋਸਤ ਨਹੀਂ ਹੈਗੀ ਸੋ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਆ ਰਹੀਆਂ ਨੇ ਪੁਲਿਸ ਵਾਸਤੇ ਵੱਡੀ ਚੁਣੌਤੀ ਵੀ ਹੈ ਔਰ ਪੁਲਿਸ ਦਾ ਟੈਸਟ ਵੀ ਹੈ ਕਿ ਉਹ ਕਿੰਨੀ ਜਲਦੀ ਇਸ ਘਟਨਾ ਨੂੰ ਜਿਹੜਾ ਉਹ ਪਰਦਾ ਫਾਸ਼ ਕਰਦੇ ਆ ਕਿਉਂਕਿ ਇਹਦੇ ਨਾਲ ਲੋਕਾਂ ਚ ਵਿਸ਼ਵਾਸ ਦੀ ਵੀ ਗੱਲ ਲੱਗੀ ਆ ਕਿ ਪੁਲਿਸ ਪ੍ਰਤੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਡਿੱਗਦਾ ਹੈ ਜਾਂ ਪੁਲਿਸ ਇਸ ਨੂੰ ਆਪਣੇ ਵਿਸ਼ਵਾਸ ਨੂੰ ਬਣਾ ਕੇ ਰੱਖਦੀ ਹੈ ਜੀ ਇਸ ਦੇ ਨਾਲ ਇੱਕ ਗਲਤੀ ਇਤਿਹਾਸ ਦੇ ਵਿੱਚ ਬੰਦ ਸਤਿੰਦਰ ਜੈਨ ਦੀ ਤਾਂ ਕਿਹਾ ਜਾ ਰਿਹਾ ਕਿ ਅਧਿਕਾਰੀਆਂ ਨੂੰ ਜਿਹੜਾ ਉਹਨਾਂ ਦੇ ਵੱਲੋਂ ਡਰਾਇ ਠੁਮਕਾਇਆ ਜਾ ਰਿਹਾ ਹੈ ਜਿਹੇ ਇਲਜ਼ਾਮ ਉਹਨਾਂ ਦੇ ਉੱਤੇ ਜਿਹੜੇ ਲੱਗ ਰਹੇ ਨੇ ਸਤਿੰਦਰ ਜੈਨ ਜੋ ਕਿ ਮੰਤਰੀ ਸੀ ਜੀ ਦਿੱਲੀ ਸਰਕਾਰ ਦੇ ਵਿੱਚ ਕੇਜਰੀਵਾਲ ਹੋਣਾਂ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਕੇਸ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆਈਡੀ ਵੱਲੋਂ ਤੇ ਹੁਣ ਜੇਲ੍ਹ 'ਚ ਨੇ ਉਹ ਜੀ ਮੰਤਰੀ ਹੈ ਨੇ ਜਮਿਲ ਦਾ ਇਸ ਟਾਈਮ ਉਹ ਜੇਲ੍ਹ 'ਚ ਰਹਿ ਕੇ ਮੰਤਰੀ ਜਿਹੜਾ ਉਹ ਨਹੀਂ ਰਹਿ ਸਕਦਾ ਕਿਉਂਕਿ ਜਿਹੜਾ ਇਹ ਬੰਦਾ ਜੇਲ੍ਹ 'ਚ ਚਲਿਆ ਗਿਆ ਹਾਂਜੀ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਉਹਨਾਂ 'ਤੇ ਇਲਜ਼ਾਮ ਲੱਗੇ ਉਹਨਾਂ ਦੀ ਗੱਲ ਤਾਂ ਵੱਖਰੀ ਹੈ ਪਰ ਜਿਹੜੀਆਂ ਵੀਡੀਓਜ਼ ਬਾਹਰ ਆਈਆਂ ਉਹਨਾਂ ਦੀਆਂ ਮਾਲਿਸ਼ ਕਰਾਉਣ ਦੀਆਂ ਵਧੀਆ ਖਾਣਾ ਖਾਣ ਦੀਆਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਨ ਦੀਆਂ ਔਰ ਆਪਣੇ ਆਪ ਦੇ ਵਿੱਚ ਸਾਡੇ ਸਿਸਟਮ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਕਿਉਂਕਿ ਦਿੱਲੀ ਦੀ ਜਿਹੜੀ ਤਹਾੜ ਜੇਲ ਹੈ ਉਹ ਪਹਿਲਾਂ ਵੀ ਬਦਨਾਮ ਹੋ ਚੁੱਕੀ ਹੋਈ ਹੈ ਕਿਉਂਕਿ ਉੱਥੇ ਗੈਂਗਸਟਰਾਂ ਬਾਰੇ ਵੀ ਜਿਹੜੀ ਆ ਗੋਲਡੀ ਬਾਰੇ ਗੱਲ ਹੈ ਕਿ ਉੱਥੋਂ ਜਿਹੜੀ ਆ ਉਹ ਫੋਨ ਕਰਦਾ ਰਿਹਾ ਇਹਦੇ ਨਾਲ ਹੋਰ ਵੀ ਜਿਹੜੇ ਗੈਂਗਸਟਰ ਉਹਨਾਂ ਦੀ ਵੀ ਗੱਲ ਉੱਥੇ ਹੋਈ ਹੈ ਸੋ ਇਹ ਹੈ ਕਿ ਉੱਥੇ ਜਿਹੜੀ ਜੇਲ ਹੈ ਉਹ ਹੈਗੀ ਆ ਸਰਕਾਰ ਦੇ ਅੰਡਰ ਕੇਜਰੀਵਾਲ ਸਰਕਾਰ ਦੇ ਅੰਡਰ ਕਿਉਂਕਿ ਉਹ ਦਿੱਲੀ ਸਰਕਾਰ ਦੇ ਅੰਡਰ ਆਉਂਦੀ ਹੈ ਸੋ ਉੱਥੇ ਉਹਨੂੰ ਇਹ ਸਹੂਲਤਾਂ ਕਿਵੇਂ ਮਿਲ ਰਹੀਆਂ ਨੇ ਇਹ ਬੜੀ ਵੱਡੀ ਗੱਲ ਹੈ ਲੇਕਿਨ ਹੁਣ ਜਿਹੜੀ ਗੱਲ ਆਈ ਹੈ ਕਿ ਕਿਉਂਕਿ ਮੰਤਰੀ ਹੈ ਮੰਤਰੀਆਂ ਨੂੰ ਸਹੂਲਤਾਂ ਮਿਲਣੀਆਂ ਹੈ ਮਿਲਣੀਆਂ ਨੇ ਕਿਉਂਕਿ ਉਹਨਾਂ ਨੇ ਬਾਹਰ ਆ ਕੇ ਫਿਰ ਪਾਵਰਾਂ ਚ ਰਹਿਣਾ ਹੈਗਾ ਜੀ ਸੋ ਉਹ ਜਿਹੜੇ ਅਧਿਕਾਰੀ ਅੰਦਰ ਪ੍ਰੋਟੋਕੋਲ ਦੇ ਅਨਸਾਰ ਜੇਲ ਮੈਨੂਅਲ ਦੇ ਅਨਸਾਰ ਚੱਲਦੇ ਹੋਣੇ ਆ ਉਹਨਾਂ ਨੇ ਇਲਜ਼ਾਮ ਲਾਇਆ ਕਿ ਸਾਨੂੰ ਜਿਹੜੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਤੁਸੀਂ ਬਾਹਰ ਆ ਕੇ ਜਦੋਂ ਅਸੀਂ ਬਾਹਰ ਆਗੇ ਫਿਰ ਤੁਹਾਨੂੰ ਅਸੀਂ ਦੱਸਾਂਗੇ ਪਤਾ ਮੈਨੂੰ ਲੱਗਦਾ ਇਸ ਤਰ੍ਹਾਂ ਵੀਰ ਅਗਰ ਘਟਨਾਵਾਂ ਵਾਪਰ ਰਹੀਆਂ ਨੇ ਤੇ ਨਹੀਂ ਚੰਗੀਆਂ ਇਹਦੇ ਨਾਲ ਜਿਹੜੇ ਵਿਪਾਰ ਜਿਹੜੇ ਸਾਡੇ ਅਧਿਕਾਰੀ ਹੁੰਦੇ ਆ ਕਰਮਚਾਰੀ ਆ ਉਹਨਾਂ ਦਾ ਮਨੋਬਲ ਟਿਕਦਾ ਔਰ ਸਰਕਾਰ ਨੂੰ ਵੀ ਇਹਦੀ ਜਿਹੜੀ ਆ ਉਹ ਬਦਨਾਮੀ ਮਿਲਦੀ ਆ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਜੇਕਰ ਇਹ ਘਟਨਾ ਹੋਈ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਵਾਪਰ ਰਹੀਆਂ ਨੇ ਤਾਂ ਸਰਕਾਰ ਨੂੰ ਉਹਦੇ ਉੱਤੇ ਸਪਸ਼ਟ ਕਰਨਾ ਚਾਹੀਦਾ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਕੀ ਧਮਕੀਆਂ ਸੱਚਮੁੱਚ ਦਿੱਤੀਆਂ ਗਈਆਂ ਨੇ ਜਾਂ ਉਹ ਝੂਠੀਆਂ ਜਿਹੜੀਆਂ ਖਬਰਾਂ ਬਾਹਰ ਆ ਰਹੀਆਂ ਨੇ ਜੀ ਜੇਕਰ ਗੱਲ ਕੀਤੀ ਜਾਵੇ ਇੱਕ ਮਾਂ ਦੀ ਤਾਂ ਮਾਂ ਨੂੰ ਇੱਕ ਬੇਟਾ ਜਿਹੜਾ ਉਹ 50 ਕਿਲੋਮੀਟਰ ਉਸ ਦੀ ਲਾਸ਼ ਜਿਹੜੀ ਮੋਢਾਂ ਦੇ ਰੱਖ ਕੇ ਜਿਹੜਾ ਸ਼ਮਸ਼ਾਨ ਘਾਟ ਲੈ ਕੇ ਗਿਆ ਕਿਹਾ ਜਾ ਰਿਹਾ ਕਿ ਐਂਬੂਲੈਂਸ ਜਿਹੜੀ ਉਹਨੂੰ ਨਹੀਂ ਮਿਲੀ ਜੀ ਇਹ ਬੜੀ ਅ ਦਿਲ ਹਲਾਉਣ ਵਾਲੀ ਘਟਨਾ ਹੈਗੀ ਆ ਜੀ ਕਿ ਸਾਡੇ ਦੇਸ਼ ਦੇ ਵਿੱਚ ਜਦੋਂ ਕਿ ਸਾਡੇ ਦੇਸ਼ ਨੂੰ ਕਿਹਾ ਜਾ ਰਿਹਾ ਹੁਣ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਇੱਕ ਬਹੁਤ ਵੱਡੀ ਤਾਕਤ ਬਣਨ ਵਾਲਾ ਸਾਡੇ ਮੰਤਰੀ ਸਾਡੇ ਪ੍ਰਧਾਨ ਮੰਤਰੀ ਸਾਡੇ ਬਾਕੀ ਲੀਡਰ ਇਹ ਗੱਲ ਕਹਿੰਦੇ ਆ ਕਿ ਇਹ ਹੁਣ ਵਿਸ਼ਵ ਗੁਰੂ ਬਣਨ ਜਾ ਰਿਹਾ ਜੀ ਤਾਂ ਕੀ ਵਿਸ਼ਵ ਗੁਰੂ ਦੇ ਜਿਹੜੇ ਨਾਗਰਿਕ ਨੇ ਉਹਨਾਂ ਕੋਲੇ ਇਹੋ ਜਿਹੀਆਂ ਸਹੂਲਤਾਂ ਨੇ ਇਹ ਸਵਾਲ ਖੜੇ ਹੁੰਦੇ ਆ ਜੀ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਬਿਹਾਰ ਚੋਂ ਪਹਿਲਾਂ ਓਡੀਸ਼ਾ ਦੇ ਵਿੱਚੋਂ ਵੀ ਇੱਕ ਵਾਰੀ ਆਈ ਸੀ ਜਿੱਥੇ ਇੱਕ ਮਾਂ ਦੀ লাশ ਇੱਕ ਘਰ ਵਾਲੀ ਦੀ লাশ ਪਿਓ ਪੁੱਤਰ ਦੋਨੋਂ ਜੜੇ ਆ ਰੇੜੀ ਤੇ ਪਾ ਕੇ ਲੈ ਕੇ ਗਏ ਸੀ ਜੀ ਹੁਣ ਇਹ ਘਟਨਾ ਜਿਹੜੀ ਆ ਇਹ ਵੈਸਟ ਬੰਗਾਲ ਦੀ ਜਲਪਾਈ ਗੁੜੀ ਦੀ ਹੈ ਕਿ ਜਿੱਥੇ ਇੱਕ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਵੀ ਪਰਿਵਾਰ ਦੇ ਕੋਲੇ 3000 ਰੁਪਈਆ ਨਹੀਂ ਹੈਗਾ ਕਿ ਉਹ 50 ਕਿਲੋਮੀਟਰ ਤੱਕ ਆਪਣੇ ਪਰਿਵਾਰ ਦੇ ਕੋਲੇ ਉਸ লাশ ਨੂੰ ਲਿਜਾ ਕੇ ਉਹਦਾ ਸੰਸਕਾਰ ਕਰ ਸਕਣ ਇਹ ਸੱਚਮੁੱਚ ਤੁਖ ਦੀ ਗੱਲ ਹੈ ਇਹ ਘਟਨਾ ਜਿਹੜੀ ਵਾਪਰੀ ਹੈ ਦੇ ਨਾਲ ਵੈਸਟ ਬੰਗਾਲ ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ ਉੱਥੋਂ ਦੀ ਜਿਹੜੇ ਪ੍ਰਧਾਨ ਮੁੱਖ ਮੰਤਰੀ ਨੇ ਮਮਤਾ ਬੇਨਰਜੀ ਉਹ ਗੱਲ ਕਰਦੇ ਆ ਕਿ ਉਹਨਾਂ ਦੇ ਆਉਣ ਦੇ ਨਾਲ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਬਹੁਤ ਸਾਰੀਆਂ ਡਿਵੈਲਪਮੈਂਟ ਉੱਥੇ ਹੋਈਆਂ ਨੇ ਪਰ ਇਸ ਘਟਨਾ ਨੇ ਸਰਕਾਰ ਦੇ ਜਿਹੜੇ ਪੋਲ ਖੋਲਣ ਵਾਲੀ ਗੱਲ ਆ ਹਾਲੇ ਕਿ ਡਿਵੈਲਪਮੈਂਟ ਹੋਈ ਹੋਈ ਹੋਗੀ ਇਸ ਤੋਂ ਕੋਈ ਇਤਰਾਜ਼ ਨਹੀਂ ਕਰਦਾ ਪਰ ਗੱਲ ਇਹ ਹੁੰਦੀ ਆ ਕਿ ਕਮਜ਼ੋਰ ਕੜੀ ਜਿਹੜੀ ਹੁੰਦੀ ਆ ਨਾ ਉਹ ਤੁਹਾਡੀ ਤਾਕਤ ਹੁੰਦੀ ਆ ਅਗਰ ਇੱਕ ਗਰੀਬ ਜਿਹੜਾ ਬਿਲਕੁਲ ਗਰੀਬ ਹੈ ਦਿਹਾੜੀਦਾਰ ਹੈ ਅਗਰ ਉਹਨੂੰ ਇਹ ਸਹੂਲਤ ਨਹੀਂ ਮਿਲੀ ਤਾਂ ਫਿਰ ਬਾਕੀ ਲੋਕਾਂ ਨੂੰ ਜਿੰਨੀਆਂ ਤੁਸੀਂ ਐਂਬੂਲੈਂਸਾਂ ਭੇਜਦੇ ਹੋ ਉਹਨਾਂ ਦਾ ਕੀ ਫਾਇਦਾ ਆ ਪੈਸੇ ਵਾਲੇ ਤਾਂ ਪ੍ਰਾਈਵੇਟ ਵਾਲੇ ਵੀ ਲੈ ਜਾਂਦੇ ਆ ਜੀ ਗਰੀਬ ਗੱਲ ਤੇ ਆ ਕਿ ਜਿਹੜੀ ਸਹੂਲਤ ਹੈ ਸਿਹਤ ਸਹੂਲਤ ਹੈ ਉਹ ਗਰੀਬ ਤੱਕ ਪਹੁੰਚਣੀ ਚਾਹੀਦੀ ਆ ਇਸ ਦੇ ਉੱਤੇ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਆ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਉਸ ਪਰਿਵਾਰ ਨੂੰ ਐਂਬੂਲੈਂਸ ਨਹੀਂ ਦਿੱਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਔਰ ਹਾਲਾਤ ਦੇਖਣੇ ਚਾਹੀਦੇ ਕਿ ਕਿਉਂ ਨਹੀਂ ਉਹਨਾਂ ਨੂੰ ਐਂਬੂਲੈਂਸ ਜਿਹੜੀ ਆ ਉਹ ਦਿੱਤੀ ਤਾਂ ਕਿ ਭਵਿੱਖ ਵਿੱਚ ਸਾਡੇ ਦੇਸ਼ ਵਿੱਚ ਇਹੋ ਜੀ ਘਟਨਾ ਕਿਤੇ ਹੋਰ ਨਾ ਵਾਪਰੇ ਬਹੁਤ ਵੱਡੀ ਪੱਧਰ ਤੇ ਸਾਡੇ ਕੋਲੇ ਗਰੀਬ ਨੇ ਜਿਹੜੇ ਪਾਵਰਟੀ ਲਾਈਨ ਤੋਂ ਰਹਿੰਦੇ ਨੇ ਇਸੇ ਸਾਲ ਭਾਰਤ ਸਰਕਾਰ ਨੇ 1 ਜਨਵਰੀ ਤੋਂ 83 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਜਿਹੜੀ ਸਕੀਮ ਆ ਇੱਕ ਸਾਲ ਲਈ ਹੋਰ ਚਲਾ ਲਈ ਹੈ ਇਦੇ ਪਿੱਛੇ ਕਾਰਨ ਤੇ ਕਈ ਨੇ ਕਿਉਂਕਿ ਅਗਲੇ ਸਾਲ ਇਲੈਕਸ਼ਨਾਂ ਵੀ ਆ ਪਰ ਸਰਕਾਰ ਮੰਨਦੀ ਹੈ ਕਿ 83 ਕਰੋੜ ਲੋਕ ਇਹੋ ਜਿਹੇ ਨੇ ਜਿਹੜੇ ਆਪਣੀ ਦੋ ਵਕਤ ਦੀ ਰੋਟੀ ਪੂਰੀ ਤਰ੍ਹਾਂ ਨਹੀਂ ਕਮਾ ਸਕਦੇ ਇੰਨੇ ਗਰੀਬ ਨੇ ਜਾਂ ਉਹਨਾਂ ਕੋਲੇ ਕੰਮਕਾਜ ਜਿਹੜਾ ਉਹ ਨਹੀਂ ਹੈਗਾ ਸੋ ਭੂ ਇੱਕ ਵਿੱਚ ਇਹੋ ਜੀ ਘਟਣਾ ਨਾ ਵਾਪਰੇ ਬਾਕੀ ਸਟੇਟਾਂ ਨੂੰ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਜੀ ਜੇਕਰ ਗਲਗਿੱਤੀ ਜੀਰਾ ਸ਼ਰਾਬ ਫੈਕਟਰੀ ਮਾਮਲੇ ਦੀ ਤਾਂ ਉਹ ਲਗਾਤਾਰ ਕਰਵਾਉਂਦਾ ਦਿਖਾਈ ਦੇ ਰਿਹਾ ਉਸ ਦੇ ਤਹਿਤ ਕਿਸਾਨਾਂ ਦੇ ਵੱਲੋਂ ਲਗਾਤਾਰ ਰੋਸ਼ ਪ੍ਰਦਰਸ਼ਨ ਜਿਹੜਾ ਤੇਜ਼ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਪੰਜਾਬ ਅੰਦਰ ਕਾਲੀਆਂ ਝੰਡੀਆਂ ਲਾ ਕੇ ਉਸ ਦਾ ਵਿਰੋਧ ਕੀਤਾ ਜਾਵੇ ਤੇ ਕਈ ਥਾਵਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਸਾੜੇ ਗਏ। ਪੰਗ ਸਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨਾਂ ਦੇ ਵਿੱਚ ਰੈਲੀਆਂ ਕਰਦੀ ਸੀ ਜੀ ਤਾਂ ਭਗਵੰਤ ਮਾਨ ਉਹਨੇ ਬਹੁਤ ਭਾਵਕ ਸਪੀਚ ਦਿੰਦੇ ਸੀ। ਜੀ ਔਰ ਤੁਹਾਨੂੰ ਯਾਦ ਹੋਵੇਗਾ ਕਿ 15 ਅਗਸਤ ਤੇ ਵੀ ਉਹਨਾਂ ਨੇ ਲੁਧਿਆਣੇ ਵਿੱਚ ਬੜੀ ਇੱਕ ਭਾਵਕ ਸਪੀਚ ਦਿੱਤੀ ਸੀ ਕਿ ਹੁਣ ਸਮਾਂ ਆ ਗਿਆ ਜੀ ਕਿ ਹੁਣ ਪੰਜਾਬ ਦੇ ਵਿੱਚੋਂ ਸੜਕ ਜਾਮ, ਰੇਲ ਰੋਕੋ, ਤਰਨੇ, ਰੋਸ, ਮੁਜਾਰੇ, ਟੈਂਕੀਆਂ ਤੇ ਚੜਨੇ ਸਭ ਕੁਝ ਬੰਦ ਹੋ ਜਾਏਗਾ। ਟੈਂਕੀਆਂ ਤੇ ਚੜਨ ਵਾਲੀਆਂ ਕੁੜੀਆਂ ਬਾਰੇ ਉਹ ਬਹੁਤ ਭਾਵਕ ਹੋ ਕੇ ਗੱਲਾਂ ਕਰਦੇ ਹੁੰਦੇ ਸੀ। ਮੁੰਡਿਆਂ ਬਾਰੇ ਵੀ ਗੱਲਾਂ ਕਰਦੇ ਸੀ ਕਿ ਸਾਡੀਆਂ ਕਯੋ ਜੀਆਂ ਸਰਕਾਰਾਂ ਨੇ ਕਿ ਇਹ ਹਾਲਤ ਕਰ ਦਿੱਤੀ ਐ ਔਰ ਉਹਨਾਂ ਨੇ ਦਾਵਾ ਕੀਤਾ ਸੀ ਵਾਦੇ ਕਰਦੇ ਰਹੇ ਸਾਰੇ ਲੀਡਰ ਆਮ ਆਦਮੀ ਪਾਰਟੀ ਦੇ ਜੀ ਕਿ ਜਿਉਂ ਹੀ ਬਦਲਾ ਆਏਗਾ ਇਹ ਸਾਰੇ ਸੜਕਾਂ ਜਿਹੜੀਆਂ ਨੇ ਇਹ ਸਾਫ਼ ਹੋ ਜਾਣਗੀਆਂ ਰੋਸ ਮੁਜਾਰੇ ਬੰਦ ਹੋ ਜਾਣਗੇ ਪਰ ਨਵਾਂ ਸਾਲ ਆ ਗਿਆ ਸਿਰਫ 2 2.5 ਮਹੀਨੇ ਬਾਅਦ ਸਰਕਾਰ ਨੂੰ ਜਿਹੜਾ ਜੀ ਉਹ ਤਿੰਨ ਪੂਰਾ ਸਾਲ ਹੋ ਜਾਣਾ ਜੀ ਤੇ ਇਸ ਸਮੇਂ ਦੇ ਦੌਰਾਨ ਹਸਾਬ ਕਿਤਾਬ ਜੇ ਲਾਈਏ ਤੇ ਇਹ ਸਾਰਾ ਹੀ ਸਮਾਂ ਇਹਨਾਂ ਦਾ 16 ਮਾਰਚ ਤੋਂ ਲੈ ਕੇ ਹੁਣ ਤੱਕ ਰੋਸ ਮੁਜ਼ਾਰੇ ਧਰਨਿਆਂ 'ਚ ਲੋਕਾਂ ਦਾ ਲੰਘ ਗਿਆ। ਔਰ ਜ਼ੀਰਾ ਫੈਕਟਰੀ ਜਿਹੜੀ ਆ ਇਹ ਤਾਂ 5 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਆ। ਜੀ। ਸਰਕਾਰ ਇਸ ਮਸਲੇ ਨੂੰ ਹੱਲ ਨਹੀਂ ਕਰ ਸਕੀ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਿਸਾਨ ਜ਼ਿੱਦੀ ਨੇ। ਜੀ। ਇਹਦਾ ਮਤਲਬ ਇਹ ਆ ਕਿ ਸਰਕਾਰ ਦੇ ਕੋਲੇ ਕੋਈ ਤਰਕ ਨਹੀਂ ਹੈਗਾ ਉਹਨਾਂ ਨੂੰ ਉੱਥੋਂ ਉਠਾਉਣ ਦਾ। ਜੀ। ਸਰਕਾਰ ਫੇਲ ਹੋ ਰਹੀ ਹੈ। ਕਿਸਾਨ ਜਿਹੜੇ ਆ ਉਹ ਜ਼ਿੱਦੀ ਨਹੀਂ ਹੈਗੇ ਜਾਂ ਉੱਥੋਂ ਦੇ ਲੋਕ ਜ਼ਿੱਦੀ ਨਹੀਂ ਹੈਗੇ। ਅਗਰ ਸਰਕਾਰ ਕੋਈ ਮਸਲਾ ਹੱਲ ਨਹੀਂ ਕਰਦੀ ਤਾਂ ਇਹਦਾ ਮਤਲਬ ਹੈ ਸਰਕਾਰ ਕੋਲੇ ਇਨੀ ਕੈਪੇਬਿਲਿਟੀ ਨਹੀਂ ਹੈਗੀ ਹੁਣ ਇਹਨਾਂ ਨੇ ਸੰਗਰੂਹ ਮਾਫ ਕਰਨਾ ਟਰੱਕ ਆਪਰੇਟਰਸ ਦਾ ਜਿਹੜਾ ਧਰਨਾ ਸੀ ਉਹ ਇਹਨਾਂ ਨੇ ਚੁਕਾ ਦਿੱਤਾ ਹੈ ਨਾ ਉਹ ਵੀ ਇਹਨਾਂ ਨੇ 28 ਤੋਂ ਬਾਅਦ ਕਿੰਨੇ ਦਿਨ ਪਹਿਲਾਂ ਉਹਦੀ ਬਹੁਤ ਹਾਈਪ ਕ੍ਰੀਏਟ ਹੋਇਆ ਜੀ ਮੀਡੀਆ ਦੇ ਵਿੱਚ ਹੋ ਹੋ ਹੱਲਾ ਹੋਇਆ ਤੇ ਹੁਣ ਕਿਉਂਕਿ ਕ੍ਰੈਡਿਟ ਲੈਣਗੇ ਕਿ ਦੇਖੋ ਜੀ ਅਸੀਂ ਮਸਲਾ ਹੱਲ ਕਰਵਾਤਾ ਅਸੀਂ ਧਰਨੇ ਰੋਸ ਮੁਜ਼ਾਰੇ ਬੰਦ ਕਰਵਾਉਂਦੇ ਆ ਰਹੇ ਹਾਂ ਤੇ ਉੱਥੇ ਵੀ ਉਹਨਾਂ ਟਰੱਕ ਆਪਰੇਟਰਸ ਨੇ ਉਹਨਾਂ ਚਿਰ ਧਰਨਾ ਚੁੱਕਣ ਦਾ ਨਾਂ ਨਹੀਂ ਲਿਆ ਜਿੰਨਾ ਚਿਰ ਲਿਖਤੀ ਰੂਪ ਚ ਉਹਨਾਂ ਨੂੰ ਨਹੀਂ ਦਿੱਤਾ ਸੋ ਇਹ ਫੈਕਟਰੀ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਐਵੇਂ ਲਾਜਿਕ ਦੇਣਾ ਇਹ ਦੇਣਾ ਕਿ ਜੀ ਦੇਖੋ ਕਿਸਾਨ ਸਬੂਤ ਲੈ ਕੇ ਆਉਣ ਜੀ ਕਿ ਜੀ ਉਹ ਪਾਣੀ ਜਿਹੜਾ ਗੰਦਾ ਫੈਕਟਰੀ ਕਰਦੀ ਪਈ ਆ ਜਿਹੜੇ ਲੋਕ 5 ਮਹੀਨਿਆਂ ਤੋਂ ਉੱਥੇ ਬੈਠੇ ਹੋਏ ਆ ਰੋਜ ਉਹ ਦੱਸਦੇ ਪਏ ਆ ਔਰ ਇੱਥੋਂ ਤੱਕ ਕਿ ਉਹਨਾਂ ਨੇ ਵੱਡੇ ਵੱਡੇ ਅਫਸਰਾਂ ਨੂੰ ਲਿਜਾ ਕੇ ਸੰਸਿਚੀਵਾਲ ਉਹਨਾਂ ਨੂੰ ਲਿਜਾ ਕੇ ਉੱਥੇ ਬੋਰਾਾਂ 'ਚ ਵਿਖਾ ਦਿੱਤਾ ਫੈਕਟਰੀ ਦੇ ਬਾਹਰ ਕਿ ਆਹ ਦੇਖੋ ਬੋਰਾਾਂ ਦੇ ਵਿੱਚੋਂ ਗੰਦਾ ਪਾਣੀ ਨਿਕਲਦਾ ਪਿਆ ਔਰ ਬਹੁਤ ਸਾਰੇ ਨਲਕਿਆਂ 'ਚੋਂ ਗੰਦਾ ਪਾਣੀ ਨਿਕਲਦਾ ਪਿਆ ਬਹੁਤ ਸਾਰੇ ਲੋਕ ਕੈਂਸਰ ਦੇ ਨਾਲ ਉੱਥੇ ਸ਼ਿਕਾਰ ਹੋਏ ਆ ਇਸ ਤੋਂ ਵੱਧ ਪ੍ਰੂਫ ਕੀ ਚਾਹੀਦਾ ਸਰਕਾਰ ਨੂੰ ਸਰਕਾਰ ਕਹਿੰਦੀ ਆ ਕਿ ਜੀ ਐਨਜੀਟੀ ਨੇ ਕਲੀਨ ਚੈਟ ਦੇ ਦਿੱਤੀ ਆ ਪਰ ਕਿਸਾਨ ਮੰਨਣ ਨੂੰ ਨਹੀਂ ਤਿਆਰ ਲੋਕ ਮੰਨਣ ਨੂੰ ਨਹੀਂ ਤਿਆਰ ਕਿਉਂਕਿ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਉੱਥੇ ਦਾ ਪਾਣੀ ਫੈਕਟਰੀ ਦਾ ਅੰਦਰ ਪੈਂਦਾ ਸੀ ਧਰਤੀ ਦੇ ਵਿੱਚ ਜਿੱਦੇ ਨਾਲ ਪਾਣੀ ਖਰਾਬ ਹੋਇਆ ਸਰਕਾਰ ਨੂੰ ਇਸ ਨੂੰ ਪ੍ਰਾਇੋਰਟੀ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਵੇਂ ਐਸਵਾਈਐਲ ਦਾ ਮੁੱਦਾ ਜਿੰਨਾ ਇੰਪੋਰਟੈਂਟ ਆ ਉਸ ਤੋਂ ਵੀ ਵੱਧ ਇੰਪੋਰਟੈਂਟ ਇਹ ਬਣ ਗਿਆ ਹੋਇਆ ਹੁਣ ਜੇ ਸਰਕਾਰ ਆਪਣੇ ਲੋਕਾਂ ਦੀ ਗੱਲ ਨਹੀਂ ਸੁਣਦੀ ਤੇ ਫਿਰ ਸਰਕਾਰ ਨੂੰ ਜਿਹੜਾ ਉਹ ਭੁਗਤਣਾ ਪਏਗਾ ਜੀ ਜੇਕਰ ਗੱਲ ਕੀਤੀ ਹੈ ਲੁਧਿਆਣਾ ਦੀ ਲੋਹਾ ਫੈਕਟਰੀ ਦਾ ਲੋਹਾ ਫੈਕਟਰੀ ਦੇ ਵਿੱਚ ਮਜ਼ਦੂਰ ਝੁੱਲਸ ਗਿਆ ਇਹੋ ਜਿਹੇ ਘਟਨਾਵਾ ਪਹਿਲਾਂ ਵੀ ਖੰਨੇ ਦੇ ਵਿੱਚ ਵੀ ਹੋ ਚੁੱਕੀਆਂ ਨੇ ਗੋਵਿੰਦਗੜ੍ਹ ਚ ਵੀ ਹੋ ਚੁੱਕੀਆਂ ਨੇ ਜੀ ਤੇ ਇਹ ਬੜੀ ਮੰਦਭਾਗੀ ਘਟਨਾ ਹੈ ਕਿ ਜਿਹੜੇ ਪਰਿਵਾਰਾਂ ਦੇ ਮੈਂਬਰ ਜਿਹੜੇ ਆ ਉਹ ਚਲੇ ਗਏ ਆ ਪਰ ਇੱਥੇ ਅਸੀਂ ਇਹ ਗੱਲ ਕਰਨੀ ਚਾਹਾਂਗੇ ਕਿ ਸਰਕਾਰ ਨੂੰ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿੰਨਾ ਬਣਦਾ ਹੈਗਾ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਹੈਗੀ ਆ ਕਿਉਂਕਿ ਮਜ਼ਦੂਰ ਆ ਉਹਦੇ ਕੋਲੇ ਕੋਈ ਸੰਪਤੀ ਨਹੀਂ ਹੁੰਦੀ ਕੋਈ ਇੰਨੀ ਜਾਇਦਾਦ ਨਹੀਂ ਹੁੰਦੀ ਹੈਗੀ ਜੀ ਤੇ ਇਸ ਕਰਕੇ ਉੱਥੇ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਆ ਦੂਸਰੀ ਗੱਲ ਜਿਹੜੀ ਅਸੀਂ ਇਹ ਕਹਿਣੀ ਚਾਹਾਂਗੇ ਕਿ ਜਿੰਨੀਆਂ ਵੀ ਇੰਡਸਟਰੀਜ਼ ਨੇ ਉਹਨਾਂ ਨੂੰ ਜਿਹੜੀਆਂ ਨਾਰਮਸ ਹੁੰਦੇ ਨੇ ਸਿਕਿਉਰਟੀ ਨਾਰਮਸ ਅਸੀਂ ਦੇਖਿਆ ਉਹ ਨਹੀਂ ਹੁੰਦੇ ਉਹਨਾਂ ਨੇ ਲੈ ਹੁੰਦੇ ਇਸ ਕਰਕੇ ਘਟਨਾਵਾਂ ਵਾਪਰਦੀਆਂ ਨੇ ਪੱਠੀਆਂ ਜਿਹੜੀਆਂ ਉਹਨਾਂ ਦੇ ਵਿੱਚ ਭੱਕਦਾ ਲੋਹਾ ਤਰਲ ਲੋਹਾ ਜਿਹੜਾ ਹੁੰਦਾ ਉਹਨੂੰ ਜਿਹੜੇ ਮਜ਼ਦੂਰ ਚੁੱਕਦੇ ਆ ਜਾਂ ਜਿਹੜੀਆਂ ਕਟਿੰਗ ਵਾਲੀਆਂ ਮਸ਼ੀਨਾਂ ਹੁੰਦੀਆਂ ਨੇ ਉੱਥੇ ਖੜੇ ਹੁੰਦੇ ਆ ਜਾਂ ਜਿਹੜੀਆਂ ਕੈਮੀਕਲ ਵਾਲੀਆਂ ਫੈਕਟਰੀਜ਼ ਨੇ ਉੱਥੇ ਕੁਝ ਉਹਨਾਂ ਨੇ ਪ੍ਰੀਕਾਸ਼ਨਸ ਲੈਣੀਆਂ ਹੁੰਦੀਆਂ ਨੇ ਜਿਹਦੇ ਵਿੱਚ ਕੋਈ ਜੈਕਟ ਪਾ ਕੇ ਕਿਸੇ ਤਿੱਖੀ ਮਸ਼ੀਨ ਤੇ ਕੋਈ ਕੰਮ ਕਰਦਾ ਹੈ ਕਟਰ ਮਸ਼ੀਨ ਦੇ ਉੱਤੇ ਉਹ ਜੈਕਟਾਂ ਨਹੀਂ ਪਾਈਆਂ ਹੁੰਦੀਆਂ ਜਾਂ ਕੋਈ ਮਜ਼ਦੂਰ ਜਿਹੜਾ ਕਿਸੇ ਉੱਚੇ ਖੰਬੇ ਤੇ ਚੜਿਆ ਉਹਨਾਂ ਦੀ ਜੈਕਟ ਉਹਨਾਂ ਨੂੰ ਜਿਹੜੀਆਂ ਜੈਕਟਾਂ ਨਹੀਂ ਪਾਈਆਂ ਹੁੰਦੀਆਂ ਜਿਹੜੇ ਮਜ਼ਦੂਰ ਇਹੋ ਜਿਹੀਆਂ ਥਾਵਾਂ ਤੇ ਕੰਮ ਕਰਦੇ ਆ ਉਹਨਾਂ ਦਾ ਬੀਮਾ ਹੋਣਾ ਵੀ ਬੜਾ ਜ਼ਰੂਰੀ ਹੈ ਪਰ ਫੈਕਟਰੀਆਂ ਵਾਲੇ ਇਹਨਾਂ ਦਾ ਖਿਆਲ ਨਹੀਂ ਰੱਖਦੇ ਇਹਨਾਂ ਮਜ਼ਦੂਰਾਂ ਦਾ ਕੀ ਸਥਿਤੀ ਹੈ ਇਹਨਾਂ ਦਾ ਬੀਮਾ ਹੋਇਆ ਕਿ ਨਹੀਂ ਹੋਇਆ ਇਹਨਾਂ ਦੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਕਿ ਨਹੀਂ ਉੱਥੇ ਜੋ ਪ੍ਰੀਕੌਸ਼ਨਸ ਲੈਣੇ ਸੀ ਇਹ ਤਾਂ ਜਾਂਚ ਹੈ ਪਰ ਸਾਡੇ ਸਾਰੇ ਜਿਹੜੇ ਇੰਡਸਟਰੀ ਲਿਸਟ ਨੇ ਜਾਂ ਜਿਹੜੇ ਟਰੇਡਰਸ ਨੇ ਬਾਹਰ ਕੰਮ ਕਰਦੇ ਆ ਆਊਟਸੋਰਸਿੰਗ ਤੇ ਵੀ ਕੰਮ ਕਰਾਉਦੇ ਆ ਦੇਖੋ ਖੰਭਿਆਂ ਦੇ ਉੱਤੇ ਕੰਮ ਕੀਤਾ ਜਾਂਦਾ ਜੀ ਜਿਹੜੇ ਗਟਰਸ ਨੇ ਉਹਨਾਂ ਵਿੱਚ ਸੀਵਰੇਜ ਵਾਲੇ ਕੰਮ ਕਰਦੇ ਆ ਜੀਸੀਬੀ ਤੇ ਕੰਮ ਕੀਤਾ ਜਾਂਦਾ ਇਸ ਤੋਂ ਇਲਾਵਾ ਮਜ਼ਦੂਰ ਕੰਮ ਕਰਦੇ ਆ ਸਾਡੇ ਪੰਜਾਬ ਦੇ ਵਿੱਚ ਰਜਿਸਟਰਡ ਮਜ਼ਦੂਰਾਂ ਨੂੰ ਰਜਿਸਟਰਡ ਹੋਣਾ ਚਾਹੀਦਾ ਜਿਹੜਾ ਸਾਡਾ ਲੇਬਰ ਬੋਰਡ ਹੈ ਉਹਦੇ ਉੱਤੇ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਇਹੋ ਜਿਹੇ ਮੌਕੇ ਤੇ ਮਦਦ ਵੀ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਹ ਜਾਣਕਾਰੀ ਸਾਰੀ ਲੇਬਰ ਨੂੰ ਸਾਰੇ ਮਜ਼ਦੂਰਾਂ ਨੂੰ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜੀ ਧੰਨਵਾਦ ਜੀ ਇਹ ਸੰਸਾਰ ਦੇ ਨਾਲ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਬੜਾਇਆ ਜੀ ਜਿਨ੍ਹਾਂ ਨੇ ਬਹੁਤ ਬਹੁਤਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਜਲਦ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਨੂੰ ਅਜਾਜ਼ ਧੰਨਵਾਦ